ਕੋ ਬੱਚਾ ਸਾਡੇ ਕੋਲ ਆਂਦਾ ਬੱਚਾ ਕਹਿੰਦਾ ਮੈਂ ਬਾਹਰ ਜਾ ਕੇ ਆਪਣਾ ਨਰਸਿੰਗ ਦਾ ਕੋਰਸ ਕਰਨਾ ਹੈ ਅਸੀਂ ਉਹਦੇ ਕੇਸ ਵਿੱਚ ਦੇਖੀਦਾ ਕਿ ਕੀ ਉਹਨੇ ਪਹਿਲਾਂ ਬਾਇਓਲੋਜੀ ਵਰਗਾ ਸਬਜੈਕਟ ਪੜ੍ਹਿਆ ਕਿ ਨਹੀਂ ਪੜ੍ਹਿਆ ਮੇਰਾ ਮੰਨਣਾ ਹੈਗਾ ਕਿ ਜਿਹੜਾ ਚੰਗਾ ਕੰਸਲਟੈਂਟ ਹੈ ਉਹਦਾ ਕੰਮ ਕੱਲਾ ਹਾਂ ਕਰਨਾ ਨਹੀਂ ਹੈਗਾ ਤੇ ਇਹ ਗੱਲ ਬੱਚੇ ਦੇ ਮਾਪਿਆਂ ਨੂੰ ਸਮਝਣੀ ਚਾਹੀਦੀ ਹੈਗੀ ਆ ਉਸੇ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਦੇਖੀ ਦੀਏ ਅਸੀਂ ਬੱਚੇ ਦਾ ਇੰਟਰਸਟ ਦੇਖੀਦਾ ਸੋ ਉਹਦੇ ਬੇਸਿਸ ਤੇ ਅਸੀਂ ਬੱਚੇ ਨੂੰ ਐਡਵਾਈਸ ਕਰੀਦਾ ਕਿ ਤੂੰ ਨਰਸਿੰਗ ਕਰ ਸਕਦਾ ਹੈ ਜਾਂ ਨਹੀਂ ਕਰ ਸਕਦਾ ਇਹ ਤਾਨੂੰ ਇੰਗਲਿਸ਼ ਦੇ ਬਿਗੈਰ ਕਿਸੇ ਨੇ ਬਾਹਰ ਭੇਜਦਾ ਤਾਨੂੰ ਉਥੇ 에어ਪੋਰਟ ਤੇ ਉਤਰ ਕੇ ਤੁਹਾਨੂੰ ਇਹ ਨਹੀਂ ਪੁੱਛਣਾ ਆਉਂਦਾ ਕਿ ਮੈਂ ਟੈਕਸੀ ਕਿੱਥੋਂ ਕਿਹੜੇ ਸਬਬ ਲਈ ਲੈਣੀ ਹੈਗੀ ਐ ਅਸੀਂ ਕਿਦਾਂ ਉਸ ਕੰਟਰੀ ਵਿੱਚ ਸਰਵਾਈਵ ਕਰ ਸਕੂ 에ਜੈਂਟ ਅੱਛਾ ਅਸੀਂ ਗਰੰਟੀ ਦੇ ਸਕਦਾ ਕਿ ਅਸੀਂ ਅੱਛਾ ਕੋਰਸ ਲੱਭ ਕੇ ਦੇ ਸਕਦੇ ਹਾਂ ਅਸੀਂ ਅੱਛੀ ਸਟੱਡੀ ਲੱਭ ਕੇ ਦੇ ਸਕਦੇ ਹਾਂ ਅਸੀਂ ਅੱਛਾ ਐਜੂਕੇਸ਼ਨ ਪ੍ਰੋਵਾਈਡਰ ਲੱਭ ਕੇ ਦੇ ਸਕਦਾ ਵੀਜ਼ਾ ਦੇਣਾ ਨਾ ਦੇਣਾ ਕੇਸ ਆਫੀਸਰ ਦੇ ਹੱਥ ਚ ਸੋ ਜੇ ਤੁਸੀਂ ਪਲੱਸ 2 ਦੇ ਵਿੱਚ ਅੱਛੇ ਮਾਰਕਸ ਰੱਖੇ ਨੇ ਤੁਸੀਂ ਸਾਇੰਸ ਵਰਗੇ ਸਬਜੈਕਟਸ ਰੱਖੇ ਸੀਗੇ ਤੁਸੀਂ ਅੱਗੂ ਜਾ ਕੇ ਸਾਇੰਸ ਵਿੱਚ ਹੀ ਜਾਂਦੇ ਹੋ ਤੁਸੀਂ ਔਰਤ ਕਾਮਯਾਬ ਹੋ ਸਕਦੇ ਹੋ ਸਾਇੰਸ ਵਰਗੇ ਕੋਰਸੇਸ ਨੇ ਜਾਂ ਮੈਡੀਕਲ ਹੈਲਥ케ਅਰ ਵਰਗੇ ਕੋਰਸੇਸ ਨੇ ਜਾਂ ਇੰਜੀਨੀਅਰਿੰਗ ਕੋਰਸੇਸ ਨੇ ਦੇਖੋ ਇਹ ਗੱਲ ਬਿਲਕੁਲ ਸੱਚ ਹੈ ਕਿ ਆਸਟ੍ਰੇਲੀਆ ਦੇ ਵਿੱਚ ਪੀਆਰ ਲੈਣੀ ਔਖੀ ਹੈ ਕਿਉਂਕਿ ਆਸਟ੍ਰੇਲੀਆ ਦੀ ਜਿਹੜੀ ਸਕਿੱਲ ਰਿਕੁਆਇਰਮੈਂਟ ਹੈਗੀ ਹੈ ਉਹ ਕਟਆਫ ਬਹੁਤ ਹਾਈ ਜਾਂਦੀ ਹੈ ਐ ਨਹੀਂ ਹੈ ਕਿ ਜਿੰਨੇ ਵੀ ਅਪਲਾਈ ਕਰਤਾ ਹਰ ਬੰਦੇ ਨੂੰ ਉਹਨਾਂ ਵੀਜ਼ਾ ਮਿਲ ਗਿਆ ਹਰ ਕੰਟਰੀ ਦਾ ਇੱਕ ਕੈਪੈਸਿਟੀ ਹੈ ਸੋ ਕੇਸ ਆਫੀਸਰ ਜਿਹੜਾ ਹੈ ਆਫਕੋਰਸ ਉਹ ਦੇਖਦਾ ਹੈ ਕਿ ਇਸ ਕੰਟਰੀ ਦੇ ਵਿੱਚੋਂ ਵੀਜ਼ਾ ਗੁੱਡ ਲੱਗ ਵੀ ਰਹੇ ਨੇ ਕਿ ਨਹੀਂ ਉਹ ਉਹਨਾਂ ਚੀਜ਼ਾਂ ਦੇ ਬੇਸਿਸ ਦੇ ਉੱਤੇ ਜਾ ਕੇ ਸਕਰੂਟੀ ਵਧਾ ਦਿੰਦੇ ਨੇ ਸਕਰੂਟੀ ਮੀਨਸ

ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਿਹਾ ਤੁਸੀਂ ਅ ਇਸ ਵੇਲੇ ਅਸੀਂ ਜਿਨ੍ਹਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਹਨਾਂ ਦਾ ਨਾਮ ਹੈ ਜੀ.ਡੀ. ਸਿੰਘ ਆਸਟ੍ਰੇਲੀਆ ਦੇ ਵਿੱਚ ਇੱਕ ਪ੍ਰਸਿੱਧ ਕਾਰੋਬਾਰੀ ਨੇਿੱਥੇ ਆਪਣਾ ਕਾਰੋਬਾਰ ਉਹਨਾਂ ਦੇ ਵੱਲੋਂ ਸੈੱਟ ਕੀਤਾ ਗਿਆ ਉਹ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਕੀਤਾ ਗਿਆ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਉਹਨਾਂ ਨੇ ਸੇਵਾਵਾਂ ਦਿੱਤੀਆਂ ਨੇ ਕਿਸ ਤਰੀਕੇ ਦੇ ਨਾਲ ਉਹ ਬੱਚਿਆਂ ਦੀ ਹੈਲਪ ਕਰਦੇ ਨੇ ਇਸ ਦੇ ਬਾਰੇ ਵੀ ਗੱਲਬਾਤ ਕਰਦੇ ਹਾਂ ਤੇ ਨਾਲ ਦੀ ਨਾਲ ਇਸ ਬਾਰੇ ਵੀ ਗੱਲ ਕਰਾਂਗੇ ਕਿ ਉਹ ਇੱਕ ਪ੍ਰਸਿੱਧ ਕਾਰੋਬਾਰੀ ਕਿਵੇਂ ਬਣੇ ਬਹੁਤ ਬਹੁਤ ਸਵਾਗਤ ਹੈ ਜੀ.ਡੀ. ਸਿੰਘ ਜੀ ਤੁਹਾਡਾ ਮਦਾਨ ਮੀਟੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਹ ਪੂਰੀ ਜਿਹੜੀ ਜਰਨੀ ਹੈ ਉਹ ਹੀ ਜਾਣਨਾ ਚਾਹੂੰਗੀ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਤੋਂ ਤੁਸੀਂ ਗਏ ਹੋ ਤੇ ਕਿਵੇਂ ਸਟਰਗਲ ਰਹੀ ਹੈ ਤੇ ਇੱਥੇ ਪਹੁੰਚਣ ਚ ਕਿੰਨਾ ਕੁ ਟਾਈਮ ਲੱਗ ਗਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਜੀਡੀ ਸਿੰਘ ਐਂਡ ਵੈਸੇ ਮੇਰਾ ਨਾਮ ਗੌਰਵਦੀਪ ਸਿੰਘ ਮਦਾਨ ਹੈ ਬਟ ਮੈਨੂੰ ਆਪਣਾ ਨਾਮ ਆਪਣਾ ਪਾਸਪੋਰਟ ਦੇਖ ਕੇ ਆਪਣਾ ਡਰਾਈਵਿੰਗ ਲਾਇਸੈਂਸ ਦੇਖ ਕੇ ਯਾਦ ਆਉਂਦਾ ਕਿਉਂਕਿ ਦੁਨੀਆ ਨੇ ਮੈਨੂੰ ਇਹ ਪਿਆਰ ਨਾਲ ਨਾਮ ਦਿੱਤਾ ਜੀਡੀ ਸਿੰਘ ਪ੍ਰੋਫੈਸ਼ਨਲ ਵਰਲਡ ਦੇ ਮੇਰੇ ਨਾਮ ਦਿੱਤਾ ਮੇਰੇ ਕਾਲਜ ਦੇ ਫਰੈਂਡਸ ਨੇ ਵੀ ਨਾਮ ਦਿੱਤਾ ਇਹ ਹਿੰਮ ਮੇਰਾ ਆਸਟ੍ਰੇਲੀਆ ਚ ਤੇ ਵਰਲਡ ਦੇ ਵਿੱਚ ਇਸ ਟਾਈਮ ਤੇ ਪੋਪੂਲਰ ਚੱਲ ਰਿਹਾ ਹੈਗਾ। ਬਾਕੀ ਮੈਂ ਜਲੰਧਰ ਨੂੰ ਬਿਲੋਂਗ ਕਰਦਾ ਜਲੰਧਰੋਂ ਮੇਰੀ ਲਾਈਫ ਦੀ ਜਰਨੀ ਸਟਾਰਟ ਹੋਈ ਸੀਗੀ ਮੇਰੇ ਪੇਰੈਂਟਸ ਜਿਹੜੇ ਨੇ ਦੋਨੋਂ ਰਿਟਾਇਰਡ ਗਵਰਨਮੈਂਟ empioyes ਨੇ ਅੱਗੋ ਜਾ ਕੇ ਮੇਰੇ ਵਾਈਫ ਨੇ ਉਹ ਟੀਚਰ ਨੇ ਅਸੀਂ ਇਧਰੋਂ ਦੀ ਪੀਆਰ ਅਪਲਾਈ ਕਰਕੇ ਰੂਲਸ ਦੇ ਨਾਲ ਸਕਿੱਲ ਅਸੈਸਮੈਂਟ ਪਕਾਇਦਾ ਖਰਾ ਕੇ ਅਸੀਂ ਬਾਹਰ ਗਏ ਸੀਗੇ ਆਸਟ੍ਰੇਲੀਆ 2010 ਦੇ ਵਿੱਚ। ਅਸੀਂ ਦੋਨੋਂ ਨੇ ਇੰਡੀਆ 'ਚ ਵੀ ਜੌਬਸ ਕੀਤੀਆਂ ਐ ਤੇ ਐਜੂਕੇਸ਼ਨ ਸੈਕਟਰ 'ਚ ਕੀਤੀਆਂ ਨੇ ਅਸੀਂ ਆਸਟ੍ਰੇਲੀਆ ਗਏ ਤੇ ਆਸਟ੍ਰੇਲੀਆ ਜਾ ਕੇ ਵੀ ਅਸੀਂ ਐਜੂਕੇਸ਼ਨ ਸੈਕਟਰ 'ਚ ਜੌਬ ਕੀਤੀਆਂ ਨੇ ਬਾਕੀ ਅੱਗੋਂ ਜਾ ਕੇ ਅਸੀਂ ਆਪਣਾ ਬਿਜ਼ਨਸ ਸਟਾਰਟ ਕਰਨ ਦਾ ਸੋਚਿਆ 2015 ਦੇ ਵਿੱਚ ਅਸੀਂ ਅਪਲਾਈ ਫੋਰ ਸਟੱਡੀ ਆਪਣੀ ਕੰਪਨੀ ਸਟਾਰਟ ਕੀਤੀ ਅ ਕਿਉਂਕਿ ਅਸੀਂ ਐਜੂਕੇਸ਼ਨ 'ਚ ਹੀ ਚੱਲਦੇ ਆ ਰਹੇ ਹਾਂ ਮੇਰੇ ਦਾਦਾ ਜੀ ਵੀ ਟੀਚਰ ਸਗੇ ਸੋ ਇਸ ਲਈ ਸਾਡਾ ਜਿਹੜਾ ਆਪਣਾ ਮੇਨ ਫੋਕਸ ਰਿਹਾ ਉਹ ਇਹੀ ਰਿਹਾ ਕਿ ਅਸੀਂ ਐਜੂਕੇਸ਼ਨ ਦੇ ਅੰਦਰ ਕਿਹਦਾ ਕੰਮ ਕਰਨਾ ਇਸ ਲਈ ਅਸੀਂ ਆਪਣੀ ਕੰਪਨੀ ਦਾ ਬਹੁਤ ਸਿੰਪਲ ਨੇਮ ਰੱਖ ਲਿਆ ਅਪਲਾਈ ਫੋਰ ਸਟੱਡੀ ਤੇ 아이 थिंक ਜਿਹੜਾ ਵੀ ਬੰਦਾ ਨੂੰ ਪੜੇਗਾ ਉਹਨੂੰ ਪਤਾ ਲੱਗ ਜਾਏਗਾ ਕਿ ਅਸੀਂ ਸਟੂਡੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਦੇ ਰਿਲੇਟਡ ਸਾਰੀਆਂ ਸਰਵਿਸਿਜ਼ ਬੱਚੇ ਨੂੰ ਇੱਥੇ ਵੀ ਵਿਦਨ ਇੰਡੀਆ ਵੀ ਵਿਦਨ ਆਸਟ੍ਰੇਲੀਆ ਵੀ ਐਸ ਕੈ ਉਹਨਾਂ ਨੂੰ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਦੇਖੋ ਜੀ ਮੈਂ ਜੇ ਅੱਜ ਇੱਕ ਬਿਜ਼ਨਸ ਕਰ ਰਿਹਾ ਤੇ ਕੋਈ ਕਲੀਅਰ ਚ ਮੇਰੀ ਖਾਸ ਗੱਲ ਨਹੀਂ ਕਿ ਮੈਂ ਇੱਕ ਬਿਜ਼ਨਸ ਕਰ ਰਿਹਾ ਮੈਂ ਮੰਨਦਾ ਕਿ ਜਿਹੜਾ ਵੀ ਇੱਕ ਬੰਦਾ ਬਿਜ਼ਨਸ ਕਰ ਰਿਹਾ ਹੁੰਦਾ ਹੈ ਉਹਨੂੰ ਇੱਕ ਤਰ੍ਹਾਂ ਨਾਲ ਰੱਬ ਦੀ ਇਹ ਦੇਨ ਹੁੰਦੀ ਹੈ ਕਿ ਉਹ ਇੱਕ ਕਾਰੋਬਾਰ ਸਟਾਰਟ ਕਰਦਾ ਜਿਹਦੇ ਚ ਕਿ ਉਹ ਰੋਜ਼ਗਾਰ ਕ੍ਰੀਏਟ ਕਰਦਾ ਹੈ ਭਾਵੇਂ ਬਾਹਰਲੇ ਮੁਲਕ ਵਿੱਚ ਪਾਵੇ ਆਪਣੇ ਮੁਲਕ ਵਿੱਚ ਵਾਪਸ ਆ ਕੇ ਦੁਬਾਰਾ ਰੋਜ਼ਗਾਰ ਕ੍ਰੀਏਟ ਕਰਦਾ ਹੈ ਬਾਹਰ ਇੱਕ ਰੱਬ ਦੀ ਬਖਸ਼ਿਸ਼ ਹੈ ਰੱਬ ਦੀ ਇੱਕ ਦੇਨ ਹੈਗੀ ਹੈ ਸੋ ਇਹਨੂੰ ਦੇਨ ਨੂੰ ਜੇ ਸਮਝ ਜਾਈਏ ਤੇ ਬਹੁਤ ਕੁਝ ਹੈ ਜੇ ਨਾ ਸਮਝੀਏ ਤੇ ਕੁਝ ਵੀ ਨਹੀਂ ਹੈ ਸੋ ਇਹ ਹੀ ਇਹ ਹੀ ਦੇਨ ਜਿਹੜੀ ਹੈਗੀ ਹੈ ਕਿ ਪਹਿਲਾਂ ਬਾਹਰ ਗਿਆ ਬਾਹਰ ਜਾ ਕੇ ਨੌਕਰੀਆਂ ਕੀਤੀਆਂ ਨੌਕਰੀਆਂ ਕਰਨ ਤੋਂ ਬਾਅਦ ਆਪਣਾ ਬਿਜ਼ਨਸ ਸਟਾਰਟ ਕੀਤਾ ਬਿਜ਼ਨਸ ਸਟਾਰਟ ਕਰਨ ਤੋਂ ਬਾਅਦ ਆਸਟ੍ਰੇਲੀਆ 'ਚ اچھی ਰਿਪਿਟਿਸ਼ਨ ਬਣੀ ਐਂਡ ਉਸ ਤੋਂ ਬਾਅਦ ਇੰਡੀਆ ਆ ਕੇ ਅੱਜ ਆਪਣੇ ਦੇਸ਼ ਨੂੰ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਐਂਡ ਇਹ ਸਭ ਤੋਂ ਵੱਡੀ ਇੱਕ ਬਖਸ਼ਿਸ਼ ਆ ਤੇ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਤੁਸੀਂ ਜੇਕਰ ਵਿਦੇਸ਼ ਦੇ ਵਿੱਚ ਜਾ ਕੇ ਸੈੱਟ ਵੀ ਹੋ ਗਏ ਹੋ ਪਰ ਤੁਸੀਂ ਫਿਰ ਵੀ ਆਪਣੇ ਰੂਟਸ ਨਾਲ ਜੁੜੇ ਹੋਏ ਹੋ ਤੁਸੀਂ ਪੰਜਾਬ ਨਾਲ ਜੁੜੇ ਹੋਏ ਹੋ ਤੁਸੀਂ ਇੰਡੀਆ ਦੇ ਨਾਲ ਜੁੜੇ ਹੋਏ ਹੋ ਹਨ ਜਿਵੇਂ ਸਾਨੂੰ ਪਤਾ ਹੈ ਕਿ ਤੁਸੀਂ ਹਰ ਮਹੀਨੇ ਆਉਂਦੇ ਹੋ ਇੱਥੇ ਸਪੈਸ਼ਲੀ ਗੇੜਾ ਕੱਢਣ ਲਈ ਫਿਰ ਉਹ ਉਹ ਕਿਵੇਂ ਦਾ ਹੁੰਦਾ ਹੈ ਜਦੋਂ ਵਾਪਸ ਹੀ ਗੇੜਾ ਮਾਰਦੇ ਹੋ ਦੇਖੋ ਜਿਹੜਾ ਵੀ ਬੰਦਾ ਬਾਹਰਲੇ ਮੁਲਕਾਂ 'ਚ ਬੈਠਾ ਹੈ ਮੈਂ ਕਹਿੰਨਾ ਕਿ ਉਹ ਥੋੜਾ 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 ਆਪਣੇ ਆਪ ਨੂੰ ਸਪੈਂਡ ਕਰ ਰਿਹਾ ਥੋੜਾ ਥੋੜਾ ਆਪਣੀ એનર્ਜੀ ਯੂਜ਼ ਕਰ ਰਿਹਾ ਥੋੜਾ ਥੋੜਾ ਆਪਣੀ ਬੈਟਰੀ ਬਾਹਰਲੀ ਕੰਟਰੀ 'ਚ ਯੂ نو ਕਿਤਨਾ ਕੀਤੇ ਖਤਮ ਕਰ ਰਿਹਾ ਤੇ ਮੈਨੂੰ ਹਰ ਮਹੀਨੇ ਜਦੋਂ 2-3 ਹਫ਼ਤੇ ਲੰਘ ਜਾਂਦੇ ਨੇ 4 ਹਫ਼ਤੇ ਲੰਘ ਜਾਂਦੇ ਨੇ ਮੈਨੂੰ ਫੀਲਿੰਗ ਆਉਂਦੀ ਹੈ ਕਿ ਮੈਂ ਆਪਣਾ ਰੀਚਾਰਜ ਕਰਾਣਾ ਜਾਣਾ ਆਪਣੀਆਂ ਜੜ੍ਹਾਂ ਦੇ ਵਿੱਚ ਤੇ ਮੈਂ ਆਪਣਾ ਰੀਚਾਰਜ ਕਰਾਣਾ ਆਪਣੇ ਦੇਸ਼ ਵਿੱਚ ਆ ਜਾਣਾ ਆਪਣੇ ਦੇਸ਼ ਦੀ ਮਿੱਟੀ ਕੋਲ ਆ ਜਾਣਾ ਆਪਣੇ ਲੋਕਾਂ ਦੇ ਕੋਲ ਆ ਜਾਣਾ ਸੋ ਉਹ ਜਿਹੜਾ ਰੀਚਾਰਜ ਕਰਾਣਾ ਹੈਗਾ ਉਹੀ ਮੇਰੇ ਲਈ ਹਰ ਮਹੀਨੇ ਜਿਹੜਾ ਉਹ ਮੇਰਾ ਇੰਡੀਆ ਆਂਦਾ ਜਿਹੜਾ ਸਬਬ ਬੰਦਾ ਉਹ ਦਾ ਕਾਰਨ ਹੈ ਫੈਮਿਲੀ ਇੱਧਰ ਹੈਗੀ ਆ ਜਾਂ ਫਿਰ ਸਾਰੇ ਬਾਹਰ ਚਲੇ ਗਏ ਨਾਲ ਮੇਰੇ ਪੇਰੈਂਟਸ ਮੇਰੀ ਫੈਮਿਲੀ ਸਾਰੀ ਬਾਹਰ ਹੈਗੀ ਹੈ ਤੇ ਮੇਰੇ ਜਿਹੜੇ ਵਾਈਫ ਨੇ ਉਹਨਾਂ ਦੇ ਮਦਰ ਤੇ ਉਹਨਾਂ ਦੇ ਸਿਸਟਰ ਇੱਥੇ ਹੈ ਅੱਛਾ ਉਹਨਾਂ ਨੂੰ ਮਿਲਣਾ ਆਉਂਦੇ ਹਾਂਜੀ ਜੀ ਜੀ ਠੀਕ ਹੈ ਤੇ ਬੱਚੇ ਕਿਵੇਂ ਨੇ ਫਿਰ ਬੱਚਿਆਂ ਪੰਜਾਬ ਨਾਲ ਜੁੜੇ ਹੋਏ ਨੇ ਹੁਣ ਕਿਉਂਕਿ ਉਧਰ ਦੀ ਆਬਵੀਅਸ ਜੀ ਗੱਲ ਉਧਰ ਬੌਰਨ ਨੇ ਤਾਂ ਉਧਰ ਦਾ ਜ਼ਿਆਦਾ ਕਲਚਰ ਦਾ ਪ੍ਰਭਾਵ ਹੋਏਗਾ ਤਾਂ ਉਹਨਾਂ ਦਾ ਪੰਜਾਬ ਤੇ ਇੰਡੀਆ ਨੂੰ ਲੈ ਕੇ ਕੀ ਰਹਿੰਦਾ ਹੈ ਹਮੇਸ਼ਾ ਮੇਰਾ ਇੱਕ ਬੇਟਾ ਜੀ 7.5 ਸਾਲ ਦਾ ਹੈਗਾ ਤੇ ਪਟਕਾ ਬੰਦਾ ਹੈ ਸਕੂਲ ਜਾਂਦਾ ਹੈ ਉਥੇ ਜੇ ਤੁਸੀਂ ਉਹਨੂੰ ਮਿਲੋਗੇ ਜੇ ਤੁਹਾਡੀ ਦਾੜੀ ਦੇ ਵਿੱਚ ਇੱਕ ਅੱਧਾ ਵਿੱਚ ਟਾ ਵਾਲ ਹੈ ਤੇ ਉਹਨੇ ਤੁਹਾਡੇ ਪੈਰੀ ਹੱਥ ਲਾਦ ਰਹੇ ਨੇ ਹੂੰ ਤੇ ਉਹਨੇ ਤੁਹਾਡੇ ਪੈਰੀ ਪੈਣਾ ਕਰਨੇ ਜੇ ਤੁਹਾਡੀ ਦਾੜੀ ਦੇ ਵਾਲ ਚਿੱਟੇ ਨਹੀਂ ਹੈਗੇ ਤੇ ਉਹਨੇ ਤੁਹਾਡੇ ਗਲੇ ਮਿਲਣਾ ਤੇ ਉਹਨੇ ਕਹਿੰਨਾ ਸਸਰੀਕਾਲ ਤੁਹਾਡਾ ਕੀ ਹਾਲ ਹੈ ਸੋ ਅਸੀਂ ਆਪਣਾ ਕਲਚਰ ਪੂਰਾ ਅਸੀਂ ਬਾਹਰ ਚਲਾਇਆ ਹੋਇਆ ਮਤਲਬ ਅਸੀਂ ਆਪਣਾ ਕਲਚਰ ਤੇ ਆਪਣਾ ਪਿਛੋਕੜ ਕਦੀ ਨਹੀਂ ਭੁੱਲਣਾ ਹੈਗਾ ਜੀ ਇੱਕ ਜੀਜ਼ ਹੋਰ ਸਾਨੂੰ ਪਤਾ ਲੱਗੀ ਤੁਹਾਡੇ ਬਾਰੇ ਕਿ ਤੁਸੀਂ ਹਮੇਸ਼ਾ ਕਾਲੇ ਕਪੜੇ ਪਾ ਕੇ ਰੱਖਦੇ ਹੋ ਇਸ ਦੇ ਪਿੱਛੇ ਕੀ ਰਾਜ਼ ਹੈ ਤੁਸੀਂ ਬਹੁਤ ਗੂੜਾ ਕੁਐਸਚਨ ਪੁੱਛ ਲਿਆ ਐਂਡ ਮੈਂ 2017 ਦੇ ਵਿੱਚ ਪਹਿਲੀ ਵਾਰ ਗਿਆ ਸੀਗਾ ਬਾਬਾ ਫਰੀਦ ਯੂ ਨੋ ਫਰੀਦਕੋਟ ਗਿਆ ਸੀਗਾ ਬਾਬਾ ਫਰੀਦ ਜੀ ਦੇ ਗੁਰਦੁਆਰੇ ਇਉਂ ਉੱਥੇ ਜਾ ਕੇ ਮੈਂ ਇੱਕ ਲਾਈਨ ਪੜ੍ਹੀ ਸੀਗੀ ਮੈਨੂੰ ਲਾਈਨ ਨੂੰ ਪੜ੍ਹਨ ਚਤੇ ਹਾਰਡਲੀ 1 ਸੈਕਿੰਡ ਵੀ ਨਹੀਂ ਲੱਗਿਆ ਹੁਣ 1 ਮਿੰਟ ਵੀ ਨਹੀਂ ਲੱਗਿਆ ਹੋਣਾ ਕਿ ਕਾਲੇ ਮੈਂਡੇ ਕਪੜੇ ਕਾਲਾ ਮੈਂਡਾ ਵेश ਗੁਣੀ ਪਰਿਆ ਮੈਂ ਫਿਰ ਆ ਲੋਕ ਕੇ ਅੰਦਰ ਵੇਸ਼ ਪਰ ਉਹਨਾਂ ਸਮੇਂ ਦੇ ਸਮੇਂ ਦੇ ਸਮੇਂ ਦੇ ਸਮੇਂ ਦੇ ਜਦੋਂ ਮੈਂ ਚੱਲਨ ਤੇ ਆਇਆ ਬਾਬਾ ਫਰੀਦ ਜੀ ਦੇ ਲਾਈਫ ਬਾਰੇ ਤੇ ਮੈਨੂੰ ਸਮਝ ਆ ਗਈ ਕਿ ਨਹੀਂ ਕਾਲੇ ਰੰਗ ਤੋਂ ਬੈਟਰ ਕੁਝ ਨਹੀਂ ਹੈ ਅਪਲਾਈ ਫਾਰ ਸਟੱਡੀਜ਼ ਹੈ ਨਾ ਕਿਸ ਤਰੀਕੇ ਦੇ ਨਾਲ ਕੰਮ ਕਰ ਰਿਹਾ ਤੇ ਸਭ ਤੋਂ ਪਹਿਲਾਂ ਕਿ ਵੀਜ਼ੇ ਨੂੰ ਲੈ ਕੇ ਹਮੇਸ਼ਾ ਹੁੰਦਾ ਹੈ ਕਿ ਵੀਜ਼ਾ ਸੀ ਲਵਾਉਣਾ ਆ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਮੈਂ ਗੱਲ ਸੋ ਮੋਸਟਲੀ ਪਲਸ 2 ਤੁਸੀਂ ਕਰਦੇ ਹੋ ਪਲਸ 2 ਤੋਂ ਬਾਅਦ ਇਹ ਸਵਾਲ ਜਾਂ ਇਹ ਕਰਦੇ ਨਾਲ ਬਹਿਸ ਹੋਣੀ ਸ਼ੁਰੂ ਹੋ ਜਾਂਦੀ ਕਿ ਨਹੀਂ ਹੁਣ ਬਾਹਰ ਜਾਣਾ ਆ ਤਾਂ ਫਿਰ ਲੋਕ ਜਿਹੜੇ ਨੇ ਜਾਂ ਮਾਪੇ ਜਿਹੜੇ ਨੇ ਉਹਨਾਂ 'ਚ ਡਰ ਜ਼ਰੂਰ ਹੁੰਦਾ ਹੈ ਕਿ ਕਿੱਥੇ ਦਾ ਅਪਲਾਈ ਕਰੀਏ ਕੈਨੇਡਾ ਦਾ ਕਰੀਏ ਆਸਟ੍ਰੇਲੀਆ ਦਾ ਕਰੀਏ ਅਮਰੀਕਾ ਦਾ ਕਰੀਏ ਕਿੱਥੇ ਦਾ ਕਰਨਾ ਹੈ ਨਾ ਸਿੱਕੇ ਤਰੀਕੇ ਦੇ ਨਾਲ ਫਿਰ ਨਾਲ ਦੀ ਨਾਲ ਸਟੱਡੀ ਵੀ ਦੇਖਣੀ ਪੈਂਦੀ ਆ ਆਸਟ੍ਰੇਲੀਆ ਦੇ ਲਈ ਉਹਨਾਂ ਨੂੰ ਆਇਲਸ ਦੇ ਲਈ ਕੀ ਚਾਹੀਦਾ ਹੁੰਦਾ ਆ ਜਾਂ ਫਿਰ ਜੇ ਤੁਸੀਂ ਸਿੱਧਾ ਅਪਲਾਈ ਕਰਨਾ ਆ ਤੁਸੀਂ ਕਿਵੇਂ ਹੈਲਪ ਕਰ ਸਕਦੇ ਹੋ ਸਟੂਡੈਂਟਸ ਦੀ ਦੇਖੋ ਤੁਹਾਡਾ ਜਿਹੜਾ ਕੁਐਸਚਨ ਹੈ ਕਿ ਅਪਲਾਈ ਫॉर ਸਟੱਡੀ ਜਾਂ ਸਾਡੇ ਸਿਮਿਲਰ ਜਿਹੜੇ ਹੋਰ ਬਿਜ਼ਨੈਸਿਸ ਨੇ ਕੰਸਲਟੈਂਟਸ ਨੇ ਉਹ ਕਿਦਾਂ ਬੱਚੇ ਦੀ ਹੈਲਪ ਕਰ ਸਕਦੇ ਨੇ ਕਿ ਉਹਨੂੰ ਰਾਈਟ ਕੋਰਸ ਲੱਭ ਕੇ ਦੇਣ ਦੇ ਵਿੱਚ ਉਹਨੂੰ ਰਾਈਟ ਗਾਈਡ ਕਰਨ ਦੇ ਵਿੱਚ ਕਿ ਇਸ ਬਾਤ ਚੋ ਕੀ ਫਿਊਚਰ ਹੈ ਸਟੱਡੀ ਕਰਨ ਦਾ ਕਿ ਫਿਊਚਰ ਹੈ ਉਹ ਇਸੇ ਕਿਦਾਂ ਕਰ ਸਕਦੇ ਆ ਮੇਰਾ ਮੰਨਣਾ ਹੈਗਾ ਕਿ ਜਿਹੜਾ ਚੰਗਾ ਕੰਸਲਟੈਂਟ ਹੈ ਉਹਦਾ ਕੰਮ ਕੱਲਾ ਹਾਂ ਕਰਨਾ ਨਹੀਂ ਹੈਗਾ ਉਹਦਾ ਕੰਮ ਗਾਰੰਟੀ ਦੇਣਾ ਨਹੀਂ ਹੈਗਾ ਉਹਦਾ ਕੰਮ ਹਾਂ ਦੇ ਨਾਲ ਨਾ ਕਰਨਾ ਵੀ ਹੈਗਾ ਤੇ ਇਹ ਗੱਲ ਬੱਚੇ ਦੇ ਮਾਪਿਓ ਨੂੰ ਸਮਝਣੀ ਚਾਹੀਦੀ ਹੈਗੀ ਹੈ ਹਰ ਬੱਚਾ ਬਾਹਰ ਜਾ ਕੇ ਸਕਸੈਸਫੁਲ ਹੋ ਜਾਂਦਾ ਹੈ ਇਹ ਬਹੁਤ ਵੱਡੀ ਇੱਕ ਮਿੱਥਿਆ ਹੈਗੀ ਹੈ ਠੀਕ ਹੈ ਹਰ ਬੱਚਾ ਬਾਹਰ ਜਾ ਕੇ ਪੜ੍ਹਾਈ ਕਰਕੇ ਪੀਆਰ ਲੈ ਲੈਂਦਾ ਹੈ ਇਹ ਵੀ ਗੱਲ ਉਨੀ ਹੀ ਮੰਨਣ ਨੂੰ ਔਖੀ ਹੈਗੀ ਹੈ ਹੁਣ ਕੁਐਸਚਨ ਆਉਂਦਾ ਹੈ ਕਿ ਅਸੀਂ ਕਿਦਾਂ ਹੈਲਪ ਕਰ ਸਕਦੇ ਆ ਦੇਖੋ ਬੱਚਾ ਸਾਡੇ ਕੋਲ ਆਂਦਾ ਹੈ ਬੱਚਾ ਕਹਿੰਦਾ ਮੈਂ ਬਾਹਰ ਜਾ ਕੇ ਆਪਣਾ ਨਰਸਿੰਗ ਦਾ ਕੋਰਸ ਕਰਨਾ ਹੈ ਅਸੀਂ ਉਹਦੇ ਕੇਸ ਵਿੱਚ ਦੇਖੀਦਾ ਕਿ ਕੀ ਉਹਨੇ ਪਹਿਲਾਂ ਬਾਇਓਲੋਜੀ ਵਰਗਾ ਸਬਜੈਕਟ ਪੜ੍ਹਿਆ ਕਿ ਨਹੀਂ ਪੜ੍ਹਿਆ ਠੀਕ ਹੈ ਫਿਰ ਅਸੀਂ ਦੇਖੀਦਾ ਕਿ ਉਹਦੇ ਚ ਕਿੰਨੇ ਮਾਰਕਸ ਆਏ ਨੇ ਕਿ ਉਹ ਉਸ ਕੰਟਰੀ ਦੇ ਹਿਸਾਬ ਨਾਲ ਆਸਟ੍ਰੇਲੀਆ ਦੇ ਹਿਸਾਬ ਨਾਲ ਇੰਗਲਿਸ਼ ਅੱਛੀ ਰੱਖਦਾ ਕਿਉਂਕਿ ਜੇ ਤੁਸੀਂ ਨਰਸਿੰਗ ਕੀਤੀ ਹੈ ਤਾਂ ਤੁਸੀਂ ਉਸ ਕੰਟਰੀ ਦੇ ਪੇਸ਼ੈਂਟਸ ਨਾਲ ਡੀਲ ਕਰਨਾ ਹੈ ਤੁਸੀਂ ਉਸ ਕੰਟਰੀ ਦੇ ਡਾਕਟਰਸ ਨਾਲ ਡੀਲ ਕਰਨਾ ਹੈ ਤੁਹਾਨੂੰ ਉਸ ਕੰਟਰੀ ਦੇ ਹਿਸਾਬ ਨਾਲ ਇੰਗਲਿਸ਼ ਲੈਂਗੁਏਜ ਜਾਣੀ ਚਾਹੀਦੀ ਹੈ ਕਿ ਤੁਸੀਂ ਉਹਨਾਂ ਦੇ ਪੇਸ਼ੈਂਟਸ ਦੀ ਪ੍ਰੋਬਲਮ ਸਮਝ ਕੇ ਜਾਂ ਡਾਕਟਰ ਦੀਆਂ ਇੰਸਟ੍ਰਕਸ਼ਨ ਸਮਝ ਕੇ ਤੁਸੀਂ ਉਹਨਾਂ ਨੂੰ ਦੱਸ ਸਕੋ ਸੋ ਅਸੀਂ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਦੇਖੀ ਦੀ ਹੈ ਅਸੀਂ ਬੱਚੇ ਦਾ ਇੰਟਰਸਟ ਦੇਖੀ ਦਾ ਸੋ ਉਹਦੇ ਬੇਸਿਸ ਤੇ ਅਸੀਂ ਬੱਚੇ ਨੂੰ ਐਡਵਾਈਸ ਕਰੀਦਾ ਕਿ ਤੂੰ ਨਰਸਿੰਗ ਕਰ ਸਕਦਾ ਹੈ ਜਾਂ ਨਹੀਂ ਕਰ ਸਕਦਾ ਇਸੇ ਤਰੀਕੇ ਨਾਲ ਭਾਵੇਂ ਤੁਸੀਂ ਇੰਜੀਨੀਅਰਿੰਗ ਕੋਰਸ ਲਾ ਲੋ ਕੁਕਰੀ ਲਾ ਲੋ ਬੱਚਾ ਕਹਿੰਦਾ ਮੈਂ ਬਾਹਰ ਜਾ ਕੇ ਕਾਰਪੈਂਟਰੀ ਕਰਨੀ ਹੈ ਬੱਚਾ ਕਹਿੰਦਾ ਮੈਂ ਬਾਹਰ ਜਾ ਕੇ ਆਪਣਾ ਅਕਾਊਂਟਿੰਗ ਕਰਨੀ ਹੈ ਅਸੀਂ ਬੱਚੇ ਦਾ ਇੰਟਰਸਟ ਦੇਖੀਦਾ ਸੋ ਇਹ ਕੰਮ ਹੁੰਦਾ ਸਾਡਾ ਐਜ਼ ਅ ਕੰਸਲਟੈਂਟ ਤੇ ਅਸੀਂ ਸਾਰਿਆਂ ਨੇ ਇੱਕ ਫਿਲਮ ਤੇ ਦੇਖੀ ਹੋਣੀ 3 ਇਡੀਅਟਸ ਉਸ ਅਨੁਸਾਰ ਨੂੰ ਕੋਈ ਚੀਜ਼ ਦੱਸੀ ਜਾਂਦੀ ਹੈ ਕਿ ਫਾਲੋ ਯਰ ਯੂ نو ਓਨ ਪੈਸ਼ਨ ਜੀ ਤੇ ਜਿਹੜਾ ਵੀ ਚੰਗਾ ਕੰਸਲਟੈਂਟ ਹੈ ਉਹ ਬੱਚੇ ਨੂੰ ਉਹਦੇ ਪੈਸ਼ਨ ਤੋਂ ਇੱਧਰ ਉੱਧਰ ਜਾਣ ਲਈ ਨਹੀਂ ਬੋਲਦਾ ਜੀ ਪਰ ਮੈਂ ਇੱਕ ਪੰਜਾਬ ਦੀ ਜੇਕਰ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਕਿਉਂਕਿ ਇੰਨੇ ਕੁ ਜ਼ਿਆਦਾ ਤੁਹਾਨੂੰ ਸੈਂਟਰ ਮਿਲਣਗੇ ਇੰਨੇ ਕੁ ਜ਼ਿਆਦਾ ਸਿਗਨਟੀ ਨਹੀਂ ਗਾ ਸਕਦੇ ਵੀ ਹਰ ਸ਼ਹਿਰ ਦੇ ਵਿੱਚ ਕਿੰਨੇ ਕੁ ਜ਼ਿਆਦਾ ਸੈਂਟਰ ਬਣੇ ਹੋਏ ਨੇ ਤਾਂ ਉਹਨਾਂ ਦੀਆਂ ਆਫਰਸ ਬੜੀਆਂ ਅਜੀਬ ਜਿਹੀਆਂ ਨੇ ਮੈਨੂੰ ਤਾਂ ਆਫਰਸ ਸੁਣ ਕੇ ਕਦੇ-ਕਦੇ ਹਾਸਾ ਆਉਂਦਾ ਹੁੰਦਾ ਹੈ ਕਿ ਫੀ ਆਫਟਰ ਵੀਜ਼ਾ ਆ ਜਾਂ ਫਿਰ ਤੁਸੀਂ ਉਹ ਕਹਿਣਗੇ ਬਿਨਾ ਆਇਲੈਂਡਸ ਤੇ ਤੁਸੀਂ ਆਸਟ੍ਰੇਲੀਆ ਜਾਓ ਬਿਨਾ ਆਈਲੈਂਡਸ ਤੇ ਤੁਸੀਂ ਇੱਥੇ ਜਾਓ ਤੁਹਾਨੂੰ ਇੰਗਲਿਸ਼ ਸਿੱਖਣ ਦੀ ਲੋੜ ਨਹੀਂ ਤੁਹਾਨੂੰ ਬਿਨਾ ਇੰਗਲਿਸ਼ ਤੋਂ ਤੁਸੀਂ ਜਾ ਸਕਦੇ ਹੋ ਇਹ ਆਫਰਸ ਜਿਹੜੀਆਂ ਨੇ ਉਹ ਬੱਚਿਆਂ ਨੂੰ ਜ਼ਰੂਰ ਅਟਰੈਕਟ ਕਰਦੀਆਂ ਨੇ ਕਿ ਨਹੀਂ ਹਾਂ ਇਹਨੇ ਐਵੇਂ ਦਿੱਤਾ ਆ ਮੈਨੂੰ ਹੁਣ ਪੜਨ ਦੀ ਲੋੜ ਨਹੀਂ ਹੁਣ ਮੈਂ ਸਿੱਧਾ ਜਾ ਸਕਦਾ ਆ ਇਹ ਸਾਹ ਵੀ ਹੋ ਗਿਆ ਆ ਤਾਂ ਬਹੁਤ ਫਰਾਡ ਕੇਸ ਨੇ ਜਿਹੜੇ ਉਹ ਵੀ ਇਸ ਕਰਕੇ ਸਾਹਮਣੇ ਆਉਂਦੇ ਨੇ ਤਾਂ ਮਤਲਬ ਸਮਝਣ ਚ ਬੱਚਿਆਂ ਨੂੰ ਬੜੀ ਪ੍ਰੋਬਲਮ ਆਉਂਦੀ ਹੈ ਕਿ ਕਿਹੜਾ ਸਾਡੇ ਲਈ ਸਹੀ ਹੈ ਕਿਹੜਾ ਸਾਡੇ ਲਈ ਗਲਤ ਮਤਲਬ ਚੰਗਾ ਕੰਮ ਕਰ ਸਕਦਾ ਹੈ ਦੇਖੋ ਇਸ ਚੀਜ਼ ਵਿੱਚ ਤੇ ਮੈਂ ਇੱਕ ਕੋਈ ਚੀਜ਼ ਬੜਾ ਸਿੰਪਲ ਜੀ ਗੱਲ ਬੋਲੂੰਗਾ ਅਸੀਂ ਇੰਡੀਆ ਤੇ ਸ਼ਾਪਿੰਗ ਤੇ ਜਾਂਦੇ ਆ ਠੀਕ ਹੈ ਤੁਸੀਂ ਕਹਿ ਰਹੇ ਹੋ ਕਿ ਕਿੰਨੇ ਸਾਰੇ ਸੈਂਟਰ ਖੁੱਲੇ ਨੇ ਇੰਗਲਿਸ਼ ਦੇ ਜਾਂ ਪੜ੍ਹਾਈ ਦੇ ਜਾਂ ਐਜੂਕੇਸ਼ਨ ਕੰਸਲਟੈਂਟਸ ਦੇ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਨਾ ਅਸੀਂ ਕਿਸੇ ਵੀ ਦੁਕਾਨ ਤੇ ਜਾਣਾ ਉਹਦੇ ਪਿੱਛੇ ਲਿਖਿਆ ਹੁੰਦਾ ਸੀ ਫੈਸ਼ਨ ਕੇ ਇਸ ਦੌਰ ਮੇ ਗਾਰੰਟੀ ਕੀ ਇੱਛਾ ਨਾ ਰੱਖੇ ਸੋ ਜਿਹੜੇ ਵੀ ਲੋਕ ਗਾਰੰਟੀ ਭਾਲਦੇ ਨੇ ਸਾਡੀ ਕੰਪਨੀ ਵੱਲੋਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਕਿਉਂਕਿ ਏਜੰਟ ਅੱਛਾ ਅਸੀਂ ਗਰੰਟੀ ਦੇ ਸਕਦਾ ਕਿ ਅਸੀਂ ਅੱਛਾ ਕੋਰਸ ਲੱਭ ਕੇ ਦੇ ਸਕਦੇ ਆ ਅਸੀਂ ਅੱਛੀ ਸਟੱਡੀ ਲੱਭ ਕੇ ਦੇ ਸਕਦੇ ਆ ਅਸੀਂ ਅੱਛਾ ਐਜੂਕੇਸ਼ਨ ਪ੍ਰੋਵਾਈਡਰ ਲੱਭ ਕੇ ਦੇ ਸਕਦਾ ਵੀਜ਼ਾ ਦੇਣਾ ਨਾ ਦੇਣਾ ਕੇਸ ਆਫੀਸਰ ਦੇ ਹੱਥ ਚ ਜਦੋਂ ਅਸੀਂ ਫਾਈਲ ਪ੍ਰਪੇਅਰ ਕੀਤੀ ਤੁਹਾਡੀ ਐਡਮਿਸ਼ਨ ਕਰਾਈ ਅਸੀਂ ਤੁਹਾਨੂੰ ਅੱਗੇ ਇੱਕ ਅੱਛੇ ਤਰੀਕੇ ਨਾਲ ਪ੍ਰਪੇਅਰ ਕਰਾ ਕੇ ਅਸੀਂ ਤੁਹਾਨੂੰ ਫਾਈਲ ਸਬਮਿਟ ਕਰਤੀ ਉਹ ਤਾਂ ਬਾਅਦ ਕੇਸ ਆਫੀਸਰ ਨੇ ਕਿਹੜੇ ਐਂਗਲ ਤੋਂ ਉਹਨੂੰ ਦੇਖਣਾ ਹੈ ਕਿਹੜੇ ਪੱਖ ਤੋਂ ਦੇਖਣਾ ਹੈ ਕੇਸ ਆਫੀਸਰ ਨੇ ਇਹ ਦੇਖਣਾ ਹੈ ਕਿ ਇਹ ਦੀ ਇੰਗਲਿਸ਼ ਘਟਾ ਹੈ ਵਾਦਾ ਉਹ ਕੇਸ ਆਫੀਸਰ ਦਾ ਡਿਸੀਜਨ ਹੈ ਬਟ ਅਸੀਂ ਆਪਣੇ ਵੱਲ ਇਹ ਦੇਖ ਸਕਦੇ ਹਾਂ ਕਿ ਅਸੀਂ ਰਾਈਟ ਇੰਗਲਿਸ਼ ਵਾਲਾ ਬੱਚਾ ਰਾਈਟ ਕੋਰਸ ਵਿੱਚ ਪਾਈਏ ਜੇ ਤੁਹਾਨੂੰ ਇੰਗਲਿਸ਼ ਦੇ ਬਿਨਾਂ ਕਿਸੇ ਨੇ ਬਾਹਰ ਭੇਜਦਾ ਤੁਹਾਨੂੰ ਉਥੇ 에ਰਪੋਰਟ ਤੇ ਉਤਰ ਕੇ ਤੁਹਾਨੂੰ ਇਹ ਨਹੀਂ ਪੁੱਛਣਾ ਆਉਂਦਾ ਕਿ ਮੈਂ ਟੈਕਸੀ ਕਿੱਥੋਂ ਕਿਹੜੇ ਸਬਬ ਲਈ ਲੈਣੀ ਹੈਗੀ ਆ ਤੁਸੀਂ ਕਿਦਾਂ ਉਸ ਕੰਟਰੀ ਵਿੱਚ ਸਰਵਾਈਵ ਕਰ ਸਕੋਗੇ ਜੀ 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 ਦੇਖੋ ਕਈ ਕੰਸਲਟੈਂਟਸ ਜਿਹੜੇ ਹੈਗੇ ਨੇ ਉਹਨਾਂ ਦਾ ਬਾਹਰ ਆਫਿਸ ਨਹੀਂ ਹੈਗਾ ਸਾਡੀ ਕੰਪਨੀ ਦੇ ਦੋਨੋਂ ਕੰਟਰੀਜ਼ ਵਿੱਚ ਆਫਿਸ ਨਹੀਂ ਆਸਟ੍ਰੇਲੀਆ 'ਚ ਵੀ ਤੇ ਇੰਡੀਆ 'ਚ ਵੀ ਸੋ ਇਸ ਕਰਕੇ ਅਸੀਂ ਬੱਚੇ ਨੂੰ ਇਹ ਕਹਿ ਸਕਦੇ ਆ ਕਿ ਬੱਚਾ ਇਧਰੋਂ ਜਦੋਂ ਬਾਹਰ ਜਾਂਦਾ ਹੈ ਉਹ ਸਾਡੇ ਉਸ ਆਫਿਸ ਤੋਂ ਵੀ ਸਰਵਿਸ ਲੈ ਸਕਦਾ ਹੈ ਇਸੇ ਤਰੀਕੇ ਨਾਲ ਅਸੀਂ ਬੱਚੇ ਨੂੰ ਟ੍ਰੈਵਲ ਪਲਾਨ ਬੱਚੇ ਨੂੰ ਉੱਥੇ ਜਾ ਕੇ ਅਕੋਮੋਡੇਸ਼ਨ ਜਾਂ ਬੱਚੇ ਨੂੰ ਉਸ ਕੰਟਰੀ ਵਿੱਚ ਜਾ ਕੇ ਹੈਲਥ ਕਵਰ ਅਸੀਂ ਉਹਨਾਂ ਚੀਜ਼ਾਂ ਬਾਰੇ ਵੀਜ਼ਾ ਲਗਾਨ ਤੋਂ ਪਹਿਲਾਂ ਤੇ ਵੀਜ਼ਾ ਲਗਾਨ ਤੋਂ ਬਾਅਦ ਉਹਨੂੰ ਕਿਹੜੀ ਗਾਈਡੈਂਸ ਚਾਹੀਦੀ ਹੈਗੀ ਅਸੀਂ ਉਹਨਾਂ ਚੀਜ਼ਾਂ ਬਾਰੇ ਗਾਈਡ ਕਰੀਦਾ ਹੈਗਾ ਸੋ ਅਸੀਂ ਆਪਣਾ ਰੋਲ ਐਜ਼ ਅ ਕੰਸਲਟੈਂਟ ਨਿਭਾਉਣੇ ਹੈਗੇ ਜੀ ਕੋਰਸਿਸ ਕਿਹੜੇ ਬੈਸਟ ਰਹਿੰਦੇ ਨੇ ਸਟੂਡੈਂਟਸ ਦੇ ਲਈ ਕਿ ਇਹ ਕੋਰਸ ਕਿਉਂਕਿ ਸਟੂਡੈਂਟਸ ਨੂੰ ਨਹੀਂ ਪਤਾ ਹੁੰਦਾ ਕਿ ਬੇਸਿਕਲੀ ਅਸੀਂ ਜੇ ਉੱਥੇ ਜਾ ਰਹੇ ਹਾਂ ਆਸਟ੍ਰੇਲੀਆ ਦੇ ਵਿੱਚ ਤਾਂ ਅਸੀਂ ਕਿਹੜਾ ਕੋਰਸ ਲੈਣਾ ਹੈ ਨਾ ਕੰਸਲਟੈਂਟ ਉਹਨਾਂ ਨੂੰ ਦੱਸ ਵੀ ਦਿੰਦੇ ਆ ਪਰ ਬੈਸਟ ਕਿਹੜੇ ਰਹਿੰਦੇ ਆ ਤਾਂ ਜੋ ਬੱਚੇ ਜਿਹੜੇ ਨੇ ਉਹ ਇੰਟਰਵਿਊ ਦੇਖਣ ਤੋਂ ਬਾਅਦ ਉਹਨਾਂ ਨੂੰ ਪਹਿਲਾਂ ਹੀ ਮਾਈਂਡ ਸੈਟ ਤਿਆਰ ਹੋ ਜਾਏ ਕਿ ਨਹੀਂ ਇਹ ਕੋ ਦੇਖੋ ਜੀ ਸਭ ਤੋਂ ਪਹਿਲਾਂ ਤੇ ਇਸ ਕੁਐਸਚਨ ਆਨਸਰ ਇੱਥੋਂ ਆਉਂਦਾ ਕਿ ਤੁਹਾਡੇ ਪਲੱਸ 2 ਜਿਹੜੀ ਤੁਸੀਂ ਕੀਤੀ ਆਏ ਜੇ ਤੁਸੀਂ ਗ੍ਰੈਜੂਏਸ਼ਨ ਕਰਨ ਜਾ ਰਹੇ ਹੋ ਤੁਹਾਡੇ ਪਲੱਸ 2 ਕਿੰਨੇ ਮਾਰਕਸ ਨੇ ਜੇ ਤੁਸੀਂ ਮਾਸਟਰਸ ਕਰਨ ਜਾ ਰਹੇ ਹੋ ਤੁਹਾਡੇ ਗ੍ਰੈਜੂਏਸ਼ਨ ਕਿੰਨੇ ਮਾਰਕਸ ਨੇ ਸੋ ਸਾਰੇ ਚੀਜ਼ ਡਿਪੈਂਡ ਕਰਦੀ ਹੈ ਕਿ ਤੁਸੀਂ ਜ਼ਿੰਦਗੀ ਚ ਪਹਿਲਾਂ ਮਿਹਨਤ ਕੀਤੀ ਹੈ ਕਿ ਬਾਅਦ ਚ ਤੁਸੀਂ ਮਿਹਨਤ ਕਰਨੀ ਹੈ ਸੋ ਜੇ ਤੁਸੀਂ ਪਲੱਸ 2 ਦੇ ਵਿੱਚ ਅੱچھے ਮਾਰਕਸ ਰੱਖੇ ਨੇ ਤੁਸੀਂ ਸਾਇੰਸ ਵਰਗੇ ਸਬਜੈਕਟਸ ਰੱਖੇ ਸੀਗੇ ਤੁਸੀਂ ਅੱਗੋਂ ਜਾ ਕੇ ਸਾਇੰਸ ਵਿੱਚ ਹੀ ਜਾਂਦੇ ਹੋ ਤੁਸੀਂ ਔਰਤ ਕਾਮਯਾਬ ਹੋ ਸਕਦੇ ਹੋ ਸਾਇੰਸ ਵਰਗੇ ਕੋਰਸੇਸ ਨੇ ਜਾਂ ਮੈਡੀਕਲ ਹੈਲਥ케ਅਰ ਵਰਗੇ ਕੋਰਸੇਸ ਨੇ ਜਾਂ ਇੰਜੀਨੀਅਰਿੰਗ ਕੋਰਸੇਸ ਨੇ ਸੇਮ ਪ੍ਰੋਜੈਕਟ ਤੇ ਜੇ ਤੁਸੀਂ ਪਲੱਸ 2 ਦੇ ਵਿੱਚ ਆਪਣੇ ਸਬਜੈਕਟਸ ਰੱਖੇ ਸੀ ਕਾਮਰਸ ਜਾਂ ਤੁਸੀਂ ਆਪਣੇ ਸਬਜੈਕਟ ਰੱਖੇ ਸੀਗੇ ਇਨਕਮ ਟੈਕਸ ਜਾਂ ਤੁਸੀਂ ਆਪਣੇ ਕੋਲ ਅਕਾਊਂਟਿੰਗ ਵਰਗੇ ਸਬਜੈਕਟਸ ਰੱਖੇ ਸੀ ਤੁਸੀਂ ਆਪਣੇ ਉਸੇ ਫੀਲਡ ਵਿੱਚ ਜਾ ਕੇ ਅੱਗੋਂ ਉਸ ਕੰਟਰੀ ਵਿੱਚ ਆਪਣਾ ਬੇਸ ਬਣਾ ਸਕਦੇ ਹੈਗੇ ਓਕੇ ਮੈਂ ਆਪਣੀ ਪੜ੍ਹਾਈ ਦਾ ਬੇਸ ਬਣਾਣਾ ਹੈਗਾ ਆਈ ਤੇ ਨਰਸਿੰਗ ਹੈਲਥ케ਅਰ ਐਂਡ ਟ੍ਰੇਡ ਕੋਰਸਸ ਅਟੋਮੋਟਿਵ ਬਹੁਤ ਪਪੂਲਰ ਕੋਰਸਸ ਨੇ ਬੱਚੇ ਜਾਂਦੇ ਨੇ ਹਨਰ ਸਿੱਖਦੇ ਨੇ ਆਪਣੇ ਹੱਥ ਦੇ ਵਿੱਚ ਜਾ ਕੇ ਤੇ ਉਹਨਾਂ ਕੇ ਕੋਰਸਸ ਦੇ ਬੇਸਿਸ ਦੇ ਉੱਤੇ ਅੱਗੋ ਜਾ ਕੇ ਬੱਚਾ ਆਪਣਾ ਨੀ ਪੱਥਰ ਰੱਖਦਾ ਕਿ ਉਹ ਦੁਨੀਆ ਦੇ ਵਿੱਚ ਕਿਹੜੇ ਕੋਨੇ ਚ ਜਾ ਕੇ ਆਸਟ੍ਰੇਲੀਆ ਵਿੱਚ ਜਾਂ ਇੰਡੀਆ ਆ ਕੇ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਆਪਣੇ ਸਕਿੱਲ ਨੂੰ ਯੂਜ਼ ਕਰਕੇ ਇੱਕ ਅੱਛਾ ਕਰੀਅਰ ਬਣਾ ਸਕਦੇ ਆ ਆਸਟ੍ਰੇਲੀਆ ਲਈ ਨਾ ਇੱਕ ਗੱਲ ਬੜੀ ਫੇਮਸ ਹੈ ਕਿ ਆਸਟ੍ਰੇਲੀਆ ਦੇ ਵਿੱਚ ਪੀਆਰ ਜਿਹੜੀ ਬਹੁਤ ਔਖੀ ਹੁੰਦੀ ਹੈ 7 ਸਾਲ 8 ਸਾਲ 9 ਸਾਲ ਵੇਟ ਕਰਨੀ ਪੈਂਦੀ ਹੈ ਇਹ ਪੂਰਾ ਕੀ ਹੈ ਕਿ ਕਿਉਂਕਿ ਉਹਨਾਂ ਦਾ ਆਬਵੀਅਸ ਜੀ ਗੱਲ ਹੈ ਉਹਨਾਂ ਦਾ ਕੋਈ ਪ੍ਰੋਸੈਸ ਹੋਏਗਾ ਜਿਹੜੇ ਇੰਨੇ ਸਾਲ ਲੱਗ ਜਾਂਦੇ ਨੇ ਹਨਾ ਕਿ ਪੀਆਰ ਸਟੂਡੈਂਟ ਜਿਹੜਾ ਉਹ ਨਹੀਂ ਹੁੰਦਾ ਬਟ ਇੱਧਰ ਵਾਲਿਆਂ ਨੂੰ ਬੜੀ ਕਾਲੀ ਪਈ ਹੁੰਦੀ ਹੈ ਕਿ ਉਹ ਬੰਦਾ ਨਾ ਆਸਟ੍ਰੇਲੀਆ ਦੇ ਵਿੱਚ ਹੈ ਉਹਨੂੰ ਉਹਨੂੰ ਪੀਆਰ ਲੇਟ ਮਿਲਨੀ ਆ ਕੈਨੇਡਾ ਵਾਲੇ ਨੂੰ ਪੀਆਰ ਜਲਦੀ ਮਿਲ ਜਾਂਦੀ ਹੈ ਇਸ ਦੇ ਪਿੱਛੇ ਕੀ ਰੀਜ਼ਨ ਹੈ ਦੇਖੋ ਇਹ ਗੱਲ ਬਿਲਕੁਲ ਸੱਚ ਹੈ ਕਿ ਆਸਟ੍ਰੇਲੀਆ ਦੇ ਵਿੱਚ ਪੀਆਰ ਲੈਣੀ ਔਖੀ ਹੈ ਕਿਉਂਕਿ ਆਸਟ੍ਰੇਲੀਆ ਦੀ ਜਿਹੜੀ ਸਕਿੱਲ ਰਿਕੁਆਇਰਮੈਂਟ ਹੈਗੀ ਹੈ ਉਹ ਕਟਆਫ ਬਹੁਤ ਹਾਈ ਜਾਂਦੀ ਹੈ ਬਿਕਾਉਜ਼ ਕਾਫੀ ਜ਼ਿਆਦਾ ਲੋਗ ਆਸਟ੍ਰੇਲੀਆ ਦੇ ਪੀਆਰ ਅਪਲਾਈ ਕਰਦੇ ਨੇ ਤੇ ਕੋਟ ਅਲਟੀਮੇਟਲੀ ਹਰ ਕੰਟਰੀ ਦਾ ਇੱਕ ਕੋਟਾ ਹੁੰਦਾ ਹੈ ਹਰ ਕੰਟਰੀ ਨੇ ਅਨਲਿਮਿਟਿਡ ਪੀਆਰ ਨਹੀਂ ਦੇਣੀਆਂ ਹੁੰਦੀਆਂ ਆਸਟ੍ਰੇਲੀਆ ਦੇ ਵਿੱਚ ਜੋ ਪਿਛਲੇ ਕਾਫੀ ਸਾਲਾਂ ਤੋਂ ਦੇਖਿਆ ਜਾ ਰਿਹਾ ਹੈ ਕਿ ਕੋਟਾ ਜਿਹੜਾ ਹੈਗਾ ਉਹ ਕਾਫੀ ਘਟ ਚਲਦਾ ਆ ਰਿਹਾ ਸੀਗਾ ਬਟ ਰੀਸੈਂਟਲੀ ਪਿਛਲੇ 2-3 ਹਫਤਿਆਂ ਦੇ ਵਿੱਚ ਕੁਝ ਨਿਊਜ਼ ਆਈਆਂ ਨੇ ਜਿਹਦੇ ਚ ਕਿ ਸਰਕਾਰ ਨੇ ਕੋਟਾ ਥੋੜਾ ਵਧਾਇਆ ਹੈਗਾ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਸਟਾਫ ਸ਼ਾਰਟੇਜ ਚੱਲਦੀ ਪਈ ਹੈ ਬਿਜ਼ਨੈਸਿਸ ਵਿੱਚ ਜਿਹੜੇ ਲੋਕਾਂ ਨੂੰ ਕੰਮ ਕਰਨ ਲਈ EMPLOYEES ਨਹੀਂ ਮਿਲਦੇ ਪਏ ਤੇ ਆਸਟ੍ਰੇਲੀਆ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਕਿੰਨੀਆਂ ਨੈਸ਼ਨਲ ਨਿਊਜ਼ ਨੇ ਇੰਟਰਨੈਸ਼ਨਲ ਨਿਊਜ਼ ਨੇ ਕਿ ਜਿਹਦੇ ਵਿੱਚ ਜਗ੍ਹਾ-ਜਗ੍ਹਾ ਐਡਵਰਟਾਈਜ਼ ਕੀਤਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਨੇ ਨੰਬਰ ਆਫ ਵੀਜ਼ਾਸ ਵਧਾਣੇ ਨੇ ਆਸਟ੍ਰੇਲੀਆ ਨੇ ਸਕਿਲਡ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਆਸਟ੍ਰੇਲੀਆ ਵਿੱਚ ਵੈਲਕਮ ਕਰਨਾ ਹੈ ਪਰ ਸਭ ਤੋਂ ਪਹਿਲਾਂ ਜ ਕਿ ਕੈਨੇਡਾ ਤੇ ਆਸਟ੍ਰੇਲੀਆ ਦੇ ਮੌਸਮ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਆਸਟ੍ਰੇਲੀਆ ਦੇ ਵਿੱਚ ਸਿਡਨੀ ਦੇ ਵਿੱਚ ਸਾਲ ਦੇ ਵਿੱਚ ਚਾਰ ਮੌਸਮ ਨੇ ਠੀਕ ਹੈ 골ਡ ਕੋਸਟ ਦੇ ਵਿੱਚ ਗੁੱਡ ਵੈਦਰ ਹੈ ਮੈਲਬਨ ਦੇ ਵਿੱਚ ਵੈਦਰ ਪ੍ਰੋਪਰ ਹੈਗੇ ਨੇ ਸੋ ਆਸਟ੍ਰੇਲੀਆ ਦੇ ਵਿੱਚ ਜਿਹੜਾ ਹੈ ਉਹ ਵੈਦਰ ਕੰਮ ਕਰਨ ਵਾਸਤੇ ਜਾਂ ਪੜਾਈ ਕਰਨ ਵਾਸਤੇ ਬਹੁਤ ਅੱਛਾ ਹੈ ਜਿੰਨੇ ਵੀ ਆਸਟ੍ਰੇਲੀਆ ਦੇ ਸ਼ਹਿਰ ਨੇ ਉੱਥੇ ਐਕਸਟ੍ਰੀਮ ਵੈਦਰ ਨਹੀਂ ਹੈ ਕੈਨੇਡਾ ਦੇ ਵਿੱਚ ਮੋਸਟਲੀ ਬਰਫ ਪਈ ਹੁੰਦੀ ਹੈ ਸੋ ਬਰਫ ਪਈ ਜਗ੍ਹਾ ਤੇ ਲੋਕਾਂ ਨੂੰ ਲੈ ਕੇ ਜਾਣਾ ਤੇ ਉਹਨਾਂ ਨੂੰ ਪੱਕੇ ਕਰਨਾ ਜ਼ਿਆਦਾ ਸੌਖਾ ਕੰਮ ਹੈ ਦੇ ਉਸ ਅਲੀਬ੍ਰਿਕ ਜਗਾ ਜਿੱਥੇ ਕਿ ਆਲਰੇਡੀ ਵੈਦਰ ਵੀ ਗੁੱਡ ਹੈ ਲਿਵਿੰਗ ਕੰਡੀਸ਼ਨ ਬਹੁਤ ਅੱਛੀਆਂ ਨੇ ਇੰਟਰਨੈਸ਼ਨਲ ਸਟੂਡੈਂਟਸ ਲਈ ਸੇਫ ਵੀ ਹੈ ਉਥੇ ਆਫਕੋਰਸ ਜਿਆਦਾ ਲੋਕ ਪੀਆਰ ਅਪਲਾਈ ਕਰਦੇ ਨੇ ਤੇ ਜਿੱਥੇ ਲਾਈਨ ਜਿਆਦਾ ਹੁੰਦੀ ਹੈ ਉਥੇ ਆਫਕੋਰਸ ਟਾਈਮ ਤੇ ਲੱਗਦਾ ਹੈ ਜਿਵੇਂ ਤੁਸੀਂ ਦੱਸਿਓ ਵੀ ਗਵਰਨਮੈਂਟ ਚੇਂਜ ਹੋਈ ਹੈ ਤਾਂ ਗਵਰਨਮੈਂਟ ਚੇਂਜ ਹੋਣ ਨਾਲ ਕਿੰਨਾ ਕੋ ਅਸਰ ਹੋਇਆ ਪਿਆ ਆ ਆਸਾਨ ਹੋ ਗਿਆ ਆ ਇਹ ਪੂਰਾ ਸਾਰਾ ਪ੍ਰੋਸੈਸ ਜਾਂ ਫਿਰ ਹੋਰ ਜ਼ਿਆਦਾ ਡਿਫਿਕਲਟੀਜ਼ ਜਿਹੜੀਆਂ ਵਧੀਆਂ ਦੇਖੋ ਜਦੋਂ ਵੀ ਕੋਈ ਨਵੀਂ ਸਰਕਾਰ ਆਂਦੀ ਹੈ ਭਾਵੇਂ ਇੰਡੀਆ ਹੈ ਭਾਵੇਂ ਆਸਟ੍ਰੇਲੀਆ ਹੈ ਭਾਵੇਂ ਕੈਨੇਡਾ ਉਹ ਸਭ ਤੋਂ ਪਹਿਲਾਂ ਆ ਕੇ ਜਿਹੜੇ ਉਸ ਟਾਈਮ ਦੇ ਉੱਤੇ ਜਿਹੜੇ ਮੁੱਦੇ ਚੱਲ ਰਹੇ ਹੁੰਦੇ ਨੇ ਮਸਲੇ ਚੱਲ ਰਹੇ ਹੁੰਦੇ ਨੇ ਉਹ ਉਹਨੂੰ ਐਡਰੈਸ ਕਰਨ ਦੀ ਟਰਾਈ ਕਰ ਰਹੀ ਹੈ ਹੁਣ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਮਸਲਾ ਚੱਲ ਰਿਹਾ ਉਹ ਹੈ ਚੱਲ ਰਿਹਾ ਹੈਗਾ ਕਿ ਪਿਛਲੇ ਕੋਵਿਡ ਕਰਕੇ 2 ਸਾਲਾਂ ਦੇ ਵਿੱਚ ਬਾਰਡਰ ਬੰਦ ਰਹੇ ਨੇ ਆਸਟ੍ਰੇਲੀਆ ਦੇ ਬਾਰਡਰ ਪੱਕੇ ਬੰਦ ਰਹੇ ਨੇ ਉਹਦੇ ਕਰਕੇ ਉੱਥੇ ਸਟਾਫ ਨਹੀਂ ਆਇਆ ਉਹਦੇ ਕਰਕੇ ਉੱਥੇ ਲੋਕ ਨਹੀਂ ਆਏ ਸੋ ਕਰੰਟ ਗਵਰਨਮੈਂਟ ਦਾ ਵੀ ਉਹੀ ਮੁੱਦਾ ਹੈ ਕਿ ਸਭ ਤੋਂ ਪਹਿਲਾਂ ਉਹਨੂੰ ਜਿਹੜੇ ਸ਼ਾਰਟੇਜਿਸ ਨੇ ਉਹਨਾਂ ਨੂੰ ਭਰਿਆ ਜਾਵੇ ਪਹਿਲਾਂ ਜਿਹੜੇ ਬਾਰਡਰ ਬੰਦ ਹੋ आ, लोग अपने मापे उन्होंने मिल पाए अपने फैमिलीज नहीं मिल पाए पहला वो सब तो पहला वन बाय वन उन्होंने एड्रेस कर रही है जी ਤੁਸੀਂ ਟ੍ਰੇਡ ਕੋਰਸਸ ਬਾਰੇ ਵੀ ਦੱਸ ਦਿਓ ਕਿ ਟ੍ਰੇਡ ਕੋਰਸਸ ਕੀ ਨੇ ਕਿਉਂਕਿ ਬੱਚਿਆਂ ਦਾ ਰੁਝਾਨ ਜਿਹੜਾ ਉਧਰ ਜ਼ਿਆਦਾ ਵੱਧ ਰਿਹਾ ਆ ਕਿ ਟ੍ਰੇਡ ਕੋਰਸਸ ਕੀ ਨੇ ਟ੍ਰੇਡ ਕੋਰਸਸ ਉਹ ਨੇ ਜਿਹਦੇ ਬੇਸਿਸ ਤੇ ਬੱਚਾ ਆਪਣੇ ਹੱਥ ਦਾ ਹੁਨਰ ਜਾ ਕੇ ਸਿੱਖਦਾ ਹੈ ਹੱਥ ਦਾ ਹੁਨਰ ਲੈ ਕੇ ਬੱਚਾ ਆਟੋਮੋਟਿਵ ਮੈਕੈਨਿਕ ਬਣ ਸਕਦਾ ਹੈ ਹੱਥ ਦਾ ਹੁਨਰ ਲੈ ਕੇ ਬੱਚਾ ਸ਼ੈਫ ਬਣ ਸਕਦਾ ਹੈ ਬੱਚਾ ਅੱਛਾ ਕਾਰਪੈਂਟਰ ਬਣ ਸਕਦਾ ਹੈ ਬੱਚਾ ਅੱਛਾ ਪੇਂਟਰ ਬਣ ਸਕਦਾ ਹੈ ਇਦੇ ਐਡੀਸ਼ਨ ਦੇ ਵਿੱਚ ਬੱਚਾ ਕਈ ਤਰ੍ਹਾਂ ਦੇ ਛੋਟੇ-ਛੋਟੇ ਕੋਰਸੇਸ ਨੇ ਜਿਹੜੇ ਉਹਨੂੰ ਇੱਕ ਲੰਬੇ ਸਮੇਂ ਦੇ ਲਈ এমਪਲੋਇਮੈਂਟ ਦੇ ਸਕਦੇ ਨੇ ਸੋ ਉਹਨਾਂ ਨੂੰ ਅਸੀਂ ਕਹਿੰਦਾ ਹੈਗਾ ਟ੍ਰੇਡ ਕੋਰਸੇਸ ਜਿਹਰੇ ਵਿੱਚ ਲਾਇਸੈਂਸ ਕੋਰਸ ਲਾਇਸੈਂਸ ਵਾਲੇ ਵੀ ਆਇਂਦ ਨੇ ਜਿਦਾ ਇਲੈਕਟ੍ਰੀਸ਼ੀਅਨ ਦੇ ਟ੍ਰੇਡ ਆਇਂਦ ਨੇ ਜਿਹਰੇ ਵਿੱਚ ਅਨਲਾਈਸੈਂਸਡ ਵੀ ਆਇਂਦ ਨੇ ਜਿਦਾ ਕੁੱਕ ਹੈ ਕੁਕਿੰਗ ਵਾਸ ਲਾਇਸੈਂਸ ਨਹੀਂ ਚਾਹੀਦਾ ਹੈਡ ਡਰੈਸਿੰਗ ਹੈਗੇ ਬੱਚੇ ਕੋਰਸੇਸ ਕਰਦੇ ਨੇ ਆਸਟ੍ਰੇਲੀਆ ਵਿੱਚ ਜਾ ਕੇ ਕੁਝ ਹੁਨਰ ਸਿੱਖਦੇ ਨੇ ਕਿਉਂਕਿ ਆਸਟ੍ਰੇਲੀਆ ਦੇ ਇੱਕ ਕੁਆਲਿਟੀ ਸਟੈਂਡਰਡ ਨੇ ਹਰ ਚੀਜ਼ ਨੂੰ ਕਰਨ ਦੀ ਟੈਕਨੀਕ ਹੈ ਤੁਬੇ ਚਾ ਟ੍ਰੇਡ ਕੋਰਸ ਕਰਨ ਲਈ ਆਸਟ੍ਰੇਲੀਆ ਜਾਂਦਾ ਹੈ ਦੇਖੋ ਜਿਹੜੇ ਬੱਚਿਆਂ ਦਾ ਇੰਗਲਿਸ਼ ਦਾ ਸਕੋਰ ਬਹੁਤ ਅੱਛਾ ਹੈ ਜਿਹੜੇ ਬੱਚਿਆਂ ਦਾ ਪ੍ਰੀਵਿਅਸ ਜਿਹੜਾ ਬੈਕਗ੍ਰਾਉਂਡ ਹੈ ਪ੍ਰੋਫੈਸ਼ਨਲ ਸਟੱਡੀਜ਼ ਦਾ ਚੱਲਦਾ ਆ ਰਿਹਾ ਹੈ ਠੀਕ ਹੈ ਜਿਹਨੇ ਬੱਚੇ ਉੱਥੇ ਜਾ ਕੇ ਕਈ ਐਡੀਸ਼ਨਲ ਕੋਰਸਸ ਕਰ ਲੈਂਦੇ ਨੇ ਨਾਟੀ ਦਾ ਕੋਰਸ ਹੁੰਦਾ ਹੈ ਉਹ ਬੱਚੇ ਪ੍ਰੋਫੈਸ਼ਨਲ ਕੋਰਸਸ ਕਰਕੇ ਆਪਣੇ ਪੀਆਰ ਵਾਲੇ ਪਾਸੇ ਕਿਊਚ ਲੱਗਦੇ ਨੇ ਆਈਟੀ ਕੋਰਸਸ ਕਰਕੇ ਲੱਗਦੇ ਨੇ ਹੁਣ ਜਿਹੜੇ ਬੱਚੇ ਹੁਣ ਰੁਹਾਤਰਾ ਸਮੇਂ ਨਾ ਜ਼ਿਆਦਾ ਰੱਖਦੇ ਨੇ ਬੱਚੇ ਕਹਿੰਦੇ ਨੇ ਕਿ ਨਹੀਂ ਅਸੀਂ ਫੀਲਡ ਚ ਰਹਿ ਕੇ ਜੌਬ ਕਰ ਲਾਂਗੇ ਬੱਚੇ ਕਹਿੰਦੇ ਨੇ ਕਿ ਅਸੀਂ ਵਰਕਸ਼ਾਪ ਚ ਕੰਮ ਕਰ ਲਾਂਗੇ ਸੋ ਉਹ ਬੱਚੇ ਉਸ ਫੀਲਡ ਵਿੱਚ ਜਾਂਦੇ ਨਹੀਂ ਬਾਕੀ ਦੋਨਾਂ ਦੀ ਸੈਪਰੇਟ ਕਟਆਫ ਹੈ ਦੋਨਾਂ ਫੀਲਡਸ ਵਾਸਤੇ ਸੈਪਰੇਟ ਸਕਿਲਸ ਜਿਹੜੇ ਹੈਗੇ ਨੇ ਉਹਨਾਂ ਦੀ ਕੋਟਾ ਹੈਗੇ ਨੇ ਸੋ ਦੋਨੋਂ ਫੀਲਡ ਵਿੱਚ ਸਭ ਤੋਂ ਵੱਡਾ ਜਿਹੜਾ ਡਿਫਰੈਂਸ ਮੰਨਿਆ ਜਾਂਦਾ ਕਿ ਆਫਕੋਰਸ ਟ੍ਰੇਡ ਕੋਰਸਸ ਵਿੱਚ ਕਟਆਫ ਘਟ ਜਾਂਦੀ ਹੈ ਜਿਹੜੇ ਪ੍ਰੋਫੈਸ਼ਨਲ ਕੋਰਸਸ ਉਹਨਾਂ ਚ ਕਟਆਫ ਜ਼ਿਆਦਾ ਜਾਂਦੀ ਹੈ ਬਿਕੋਜ਼ ਐਪਲੀਕੈਂਟ ਕੱਟ ਹੁੰਦੇ ਨੇ ਟ੍ਰੇਡ ਕੋਰਸਸ ਵਿੱਚ ਤੇ profession courses ਵਿੱਚ ਐਪਲੀਕੈਂਟ ਜਿਆਦਾ ਹੁੰਦੇ ਨੇ ਕਿਉਂਕਿ ਸਾਰੀ ਵਰਲਡ ਤੋਂ ਆਉਂਦੇ ਨੇ ਸੋ ਇਸ ਕਰਕੇ ਇੱਕ ਬਹੁਤ ਕਾਮਨ ਧਾਰਨਾ ਹੈਗੀ ਆ ਕਿ ਟ੍ਰੇਡ ਕੋਰਸ ਜਿਹੜੇ ਨੇ ਉਹਦੇ ਵਿੱਚ ਸਕੋਪ ਜਿਆਦਾ ਹੈ ਤੇ ਆਪਣੇ ਪੰਜਾਬੀ ਜ਼ਿਆਦਾ ਕਿਹੜੇ ਪ੍ਰੇਫਰ ਕਰਦੇ ਆ ਦੇਖੋ ਪੰਜਾਬੀ ਇੱਕ ਮਿਹਨਤੀ ਕੌਮ ਹੈ ਇਸ ਕਰਕੇ ਪੰਜਾਬੀ ਕਾਫੀ ਉੱਥੇ ਜਾ ਕੇ ਟ੍ਰੇਡ ਕੋਰਸਸ ਵਿੱਚ ਆਪਣਾ ਨਾ ਕਿ ਸਿਰਫ ਸਟੱਡੀ ਕਰਦੇ ਨੇ ਉਹ ਬਾਅਦ ਚੋ ਅچھے ਅچھے ਬਿਜ਼ਨੈਸਸ ਵੀ ਰਨ ਕਰ ਰਹੇ ਨੇ ਤੇ ਸਾਰੀ ਵਰਲਡ ਵਿੱਚ ਰਨ ਕਰ ਰਹੇ ਨੇ ਬਹੁਤ ਲੋਕਾਂ ਨੂੰ ਉਸੇ ਜਾਣਦੇ ਆ ਜਿਦਾਂ ਨਿਕ ਬੇਕਰਸ ਹੈ ਬਾਹਰ ਆਏ ਉਰਤ ਬਾਦ ਆ ਕੇ ਇੰਡੀਆ ਚਾ ਕੇ ਉਹਨਾਂ ਨੇ ਆਪਣਾ ਇੱਕ ਬਿਜ਼ਨਸ ਦੀ ਚੇਨ ਸਟਾਰਟ ਕੀਤੀ ਇਸੇ ਤਰੀਕੇ ਨਾਲ ਕਈ ਲੋਗ ਬਾਹਰ ਜਾ ਕੇ ਆਪਣੇ ਕਾਰੋਬਾਰ ਸੈਟਅਪ ਕੀਤੇ ਐਂਡ ਕੰਸਟਰਕਸ਼ਨ ਕੰਪਨੀਆਂ ਸੱਕ ਸੈਟਅਪ ਕੀਤੀਆਂ ਟਰਾਂਸਪੋਰਟ ਕੰਪਨੀ ਸੈਟਅਪ ਕੀਤੀਆਂ ਸੋ ਪੰਜਾਬੀ ਇੱਕ ਮਹੰਤੀ ਕਾਮ ਹੈ ਮੈਂ ਆਪ ਇੱਕ ਪੰਜਾਬੀ ਐ ਸੋ ਮੈਂ ਕਹਾਂਗਾ ਕਿ ਹਾਦਰ ਹੋਨਰ ਵਾਲੇ ਪਾਸੇ ਵੀ ਜਾਂਦੇ ਨੇ ਪਰ ਦੂਜੇ ਪਾਸੇ ਇੱਕ ਪੰਜਾਬੀ ਐ ਵੀ ਜਨਰਲ ਸੈਗਮੈਂਟ ਹੈਗਾ ਜਿਹੜੇ ਕਿ ਅچھے ਅਕਾਊਂਟੈਂਟਸ ਬੰਦੇ ਨੇ ਜਿਹੜੇ ਅچھے ਆਈਟੀ ਪ੍ਰੋਫੈਸ਼ਨਲਸ ਬੰਦੇ ਨੇ ਜਿਹੜੇ ਉੱਥੇ ਈਵਨ ਫੀਲਡ ਹੈਗੇ ਨੇ ਸਾਈਬਰ ਸਕਿਉਰਿਟੀ ਉਹਦੇ ਵਿੱਚ ਵਿੱਚ ਕੰਮ ਕਰਦੇ ਨੇ ਸੋ ਇਹ ਤੇ ਇੱਕ ਆਪੋ ਆਪਣੀ ਪ੍ਰੀਫਰੈਂਸ ਹੈਗੀ ਹੈ ਪਰ ਜ਼ਿਆਦਾਤਰ ਜਿਹੜੇ ਆਪਣਾ ਪੰਜਾਬੀ ਰੂਰਲ ਯੂਥ ਹੈ ਉੱਥੇ ਜਾ ਕੇ ਟ੍ਰੇਡ ਕੋਰਸਸ ਵਾਲੇ ਪਾਸੇ ਜਾਂਦਾ ਤੇ ਜਿਹੜਾ ਆਪਣਾ ਸਿਟੀ ਯੂਥ ਹੈ ਉੱਥੇ ਜਾ ਕੇ ਪ੍ਰੋਫੈਸ਼ਨਲ ਕੋਰਸਸ ਵਾਲੇ ਪਾਸੇ ਜਾਂਦਾ ਤਰੀ ਇਹ ਕਿ ਨਾ ਟਰਮ ਚੱਲਦੀ ਹੈ ਕਿ ਮਾਰਾ ਏਜੰਟਸ ਕੀਨੇ ਹਨਾ ਉਹ ਪਲਾ ਮੈਂ ਜ਼ਰੂਰ ਚਾਹੂੰਗੀ ਕਿ ਤੁਸੀਂ ਸਮਝਾ ਦਿਓ ਕਿ ਮਾਰਾ ਏਜੰਟ ਤੇ ਐਜੂਕੇਸ਼ਨ ਏਜੰਟ ਜਿਹੜੇ ਨੇ ਉਹਨਾਂ ਦਾ ਡਿਫਰੈਂਸ ਕੀ ਹੈ ਕਿ ਕਿਸ ਤਰੀਕੇ ਦੇ ਨਾਲ ਦੋਵੇਂ ਆਪਣੇ ਆਪਣੇ ਫੀਲਡ 'ਚ ਕੰਮ ਕਰਦੇ ਆਂ ਦੇਖੋ ਆਪਾਂ ਗੱਲ ਕਰ ਰਹੇ ਹਾਂ ਇੱਕ ਮਾਰਾ ਏਜੰਟ ਬਾਰੇ ਤੇ ਅਸੀਂ ਗੱਲ ਕਰ ਰਹੇ ਹਾਂ ਇੱਕ ਐਜੂਕੇਸ਼ਨ ਏਜੰਟ ਬਾਰੇ education agent ਹੈਗਾ ਜਿਹੜਾ ਤੁਹਾਡੀ ਸਟੱਡੀ ਨਾਲ ਡੀਲ ਕਰਦਾ ਹੈ ਮਾਰਾ ਏਜੰਟ ਹੈ ਜਿਹੜਾ ਤੁਹਾਨੂੰ ਪ੍ਰੋਫੈਸ਼ਨਲ ਅਡਵਾਈਸ ਤੁਹਾਡੀ ਮਾਈਗ੍ਰੇਸ਼ਨ ਦੇ ਬਾਰੇ ਦਿੰਦਾ ਹੈਗਾ ਤੁਹਾਡੇ ਵੀਜ਼ਾ ਬਾਰੇ ਦਿੰਦਾ ਹੈਗਾ ਉਹ ਵੀਜ਼ਾ ਸਟੱਡੀ ਵੀਜ਼ਾ ਵੀ ਹੋ ਸਕਦਾ ਹੈ ਉਹ ਵੀਜ਼ਾ ਟੈਂਪੋਰਰੀ ਵਰਕ ਵੀਜ਼ਾ ਵੀ ਹੋ ਸਕਦਾ ਹੈ ਉਹ ਵੀਜ਼ਾ ਤੁਹਾਡੇ ਪਰਮਨੈਂਟ ਰੈਜ਼ੀਡੈਂਸੀ ਵੀਜ਼ਾਸ ਵੀ ਹੋ ਸਕਦੇ ਨੇ ਜਿਹੜਾ ਪਹਿਲਾ ਡਿਫਰੈਂਸ ਹੈ ਕਿ ਮਾਰਾ ਏਜੈਂਟਸ ਆਪਣੀ ਮਾਈਗ੍ਰੇਸ਼ਨ ਲਾਅ ਦੀ ਪੜ੍ਹਾਈ ਕਰਦੇ ਨੇ ਮਾਈਗ੍ਰੇਸ਼ਨ ਏਜੈਂਟਸ ਰਜਿਸਟਰਡ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਮਾਰਾ ਏਜੰਟ ਮਾਈਗ੍ਰੇਸ਼ਨ ਏਜੈਂਟ ਰਜਿਸਟ੍ਰੇਸ਼ਨ ਅਥਾਰਟੀ ਵਾਲੋਂ লাইসেন্সড ਇੱਕ ਨੰਬਰ ਰੱਖਦੇ ਨੇ ਉਹਨਾਂ ਨੂੰ ਸੋਲਿਸਟਰਸ ਨੂੰ ਲਾਇਰਸ ਨੂੰ ਉੱਥੇ রাইਟ ਹੈ ਕਿ ਦੇ ਕੈਨ ਡੂ ਦਾ ਪ੍ਰੈਕਟਿਸ ਇਨ ਮਾਈগ্রেশন ਲਾਅ এডুকেশন 에ਜেন্ট స్టਡੀ ਰਿਲੇਟਡ アドਵਾਈਸ ਕਰਦੇ ਨੇ ਬੱਚੇ ਨੂੰ ਕੋਰਸਸ ਬਾਰੇ アドਵਾਈਸ ਕਰਦੇ ਨੇ ਮਾਈগ্রেশন 에ਜੈਂਟਸ ਬੱਚੇ ਨੂੰ ਉਸ ਤੋਂ ਅੱਗੇ অপਸ਼ਨਸ ਵਾਸਤੇ ਕਰਦੇ ਨੇ ਮਾਈগ্রেশন 에ਜੈਂਟ ਬਣਨ ਵਾਸਤੇ స్టਡੀ ਮਾਈগ্রেশন ਲਾਅ ਪੜ੍ਹਨਾ ਗ੍ਰੈਜੂਏਟ ਡਿਪਲੋਮਾ ਕਰਨਾ ਪੈਂਦਾ ਹੈ ਉਸ ਤੋਂ ਜ਼ਿਆਦਾ ਉੱਥੇ ਇੰਗਲਿਸ਼ ਦਾ ਸਕੋਰ ਲੈਣਾ ਪੈਂਦਾ ਹੈ লাইসেনਸਸ ਮੇਨਟੇਨ ਕਰਨੇ ਪੈਂਦੇ ਹੈ ਸਾਲ ਦੀ ਇੰਸ਼ੋਰੈਂਸ ਮੇਨਟੇਨ ਕਰਨੀ ਪੈਂਦੀ ਹੈ ਕਾਫੀ profession level ਆਉਂਦਾ ਹੈ ਬੱਚੇ ਦਾ ਕਿ ਮਾਈਗ੍ਰੇਸ਼ਨ ਏਜੰਟ ਬੰਨਾ ਇਸ ਵਰੀ ਹਾਰਡ ਠੀਕ ਹੈ ਸੋ ਆਫਕੋਰਸ ਦੋਨਾਂ ਦੇ ਲੈਵਲ ਆਫ ਐਡਵਾਈਸ ਜਿਹੜਾ ਹੈਗਾ এডਿਕੇਸ਼ਨ ਏਜੰਟ ਕਈ ਬਹੁਤ ਅੱਛੇ ਨੇ ਜਿਹੜੇ ਕਿ ਬਹੁਤ ਵਧੀਆ ਗਾਈਡੈਂਸ ਦਿੰਦੇ ਨੇ ਜਿਹੜੇ ਕਿ ਅੱਜ ਇੰਡੀਆ ਚ ਵੀ ਬੈਠੇ ਨੇ ਆ ਸਾਰੀ ਵਰਲਡ ਚ ਬੈਠੇ ਹੋਏ ਨੇ ਹੁਣ ਵਿਦਨ ਆਸਟ੍ਰੇਲੀਆ ਕਈ ਮਾਈਗ੍ਰੇਸ਼ਨ ਏਜੰਟਸ ਜਿਹੜੇ ਹੈਗੇ ਨੇ ਉਹ এডਿਕੇਸ਼ਨ ਦਾ ਵੀ ਨਾਲ profession ਕਰਦੇ ਨੇ ਕਈ ਮਾਈਗ੍ਰੇਸ਼ਨ ਏਜੰਟ ਸਿਰਫ ਮਾਈਗ੍ਰੇਸ਼ਨ ਦਾ ਵਰਕ ਕਰਦੇ ਨੇ ਸੋ ਦੋਨੋਂ ਫੀਲਸ ਆਪੋ ਆਪਣੇ ਸੈਪਰੇਟ ਨੇ ਮਾਈਗ੍ਰੇਸ਼ਨ ਲਾਅ ਦੇ ਲਈ ਆਸਟ੍ਰੇਲੀਆ ਦੇ ਵਿੱਚ ਜ ਤੇ ਉਹ ਮਾਈਗ੍ਰੇਸ਼ਨ ਏਜੰਟਸ ਤੇ ਸੋਲੀਸਟਰਸ ਯਰ ਲਾਇਰਸ ਆਫੀਸ਼ੀਅਲੀ ਅਥਾਰਾਈਜ਼ ਨੇ ਕੋਈ ਹੋਰ ਬੰਦਾ ਮਾਈਗ੍ਰੇਸ਼ਨ ਦੀ ਐਡਵਾਈਸ ਨਹੀਂ ਦੇ ਤੋੜੇ ਕੋਲ ਕਿਵੇਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ ਜਦੋਂ ਇੱਥੋਂ ਸਟੂਡੈਂਟ ਉੱਥੇ ਪਹੁੰਚ ਜਾਂਦਾ ਹੈ ਆਸਟ੍ਰੇਲੀਆ ਦੇ ਵਿੱਚ ਤਾਂ ਬੇਸਿਕਲੀ ਮਤਲਬ ਸਟੂਡੈਂਟਸ ਆਉਂਦੇ ਹੋਣਗੇ ਕੰਸਲਟ ਕਰਦੇ ਹੋਣਗੇ ਹਨਾ ਕਿਵੇਂ ਦੀਆਂ ਪ੍ਰੋਬਲਮਸ ਬੱਚਿਆਂ ਦੀਆਂ ਹੁੰਦੀਆਂ ਨੇ ਸਟੂਡੈਂਟਸ ਦੀਆਂ ਕਿ ਸਾਨੂੰ ਇੱਥੇ ਅੱਗੇ ਇਹ ਪ੍ਰੋਬਲਮਸ ਆ ਰਹੀਆਂ ਨੇ ਦੇਖੋ ਸਭ ਤੋਂ ਪਹਿਲਾਂ ਬੱਚਿਆਂ ਨੂੰ ਪ੍ਰੋਬਲਮ ਉੱਥੇ ਆਂਦੀ ਹੈ ਕਿ ਬੱਚੇ ਜਦੋਂ ਆਸਟ੍ਰੇਲੀਆ ਲੈਂਡ ਕਰਦੇ ਨੇ ਉੱਥੇ ਆ ਕੇ ਕਈ ਕਈ ਵੀਰੇ ਬੱਚੇ ਆਸਟ੍ਰੇਲੀਆ ਆਂਦੇ ਨੇ ਉਹਨਾਂ ਨੇ ਆ ਕੇ ਆਪਣੀ ਸਟੱਡੀ ਦੀ ਸਹੀ ਗਾਈਡੈਂਸ ਨਹੀਂ ਲਈ ਹੁੰਦੀ ਬੱਚਾ ਯੂਨੀਵਰਸਿਟੀ 'ਚ ਜਾਂਦਾ ਹੈ ਉੱਥੇ ਜਾ ਕੇ ਉਹਨੂੰ ਲੈਂਗੁਏਜ ਸਮਝ ਨਹੀਂ ਆਂਦੀ ਆਫਕੋਰਸ ਪਹਿਲਾ ਉਹ ਬਲੇਮ ਲਾਂਦੇ ਨੇ ਕਿ ਨਹੀਂ ਸਾਡੇ ਇੰਡੀਆ ਵਾਲੇ ਏਜੰਟ ਨੇ ਸਾਨੂੰ ਕਿੱਥੇ ਭੇਜ ਦਿੱਤਾ ਸਾਨੂੰ ਗਲਤ ਪ੍ਰੋਵਾਈਡਰ 'ਚ ਪਾ ਦਿੱਤਾ ਫਿਰ ਉੱਥੇ ਜਾ ਕੇ ਬੱਚੇ ਕਈ ਵਾਰੀ ਐਡਵਾਈਸ ਲੈਣ ਲਈ ਜਾਂਦੇ ਨੇ ਬੱਚੇ ਨੂੰ ਡਿਫਰੈਂਸ ਨਹੀਂ ਪਤਾ ਹੁੰਦਾ ਕਿ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਕੌਣ ਹੈ ਇਹ ਬੱਚਾ ਕਹਿੰਦਾ ਕਿ ਮੈਂ ਆਪਣੇ ਦੋਸਤਾਂ ਨੂੰ ਪੁੱਛ ਲਵਾਇਆ ਆਨਲਾਈਨ ਜਾ ਕੇ ਪੜ ਲਵਾ ਫੇਸਬੁੱਕ ਤੋਂ ਪੜ ਲਵਾ ਸੋ ਉਸ ਦੇ ਬੇਸ ਕੰਡੀਸ਼ਨਸ ਪਾਲੰਦੇ ਨੇ ਫਿਰ ਉਹ ਜਿਹੜੇ ਪ੍ਰੋਬਲਮਸ ਆndੀਆਂ ਨੇ ਉਹਦਾ ਸੋਲੂਸ਼ਨ ਲੈਣ ਲਈ ਪ੍ਰੋਬਲਮ ਕੈਨ ਬੀ ਵੀਜ਼ਾ ਕੈਨਸਲੇਸ਼ਨ ਪ੍ਰੋਬਲਮ ਕੈਨ ਬੀ ਬੱਚੇ ਆਪਣੀ ਫੈਮਿਲੀ ਤੋਂ ਦੂਰ ਨੇ ਫੈਮਿਲੀ ਨੂੰ ਮਿਸ ਕਰ ਰਹੇ ਨੇ ਪਿੱਛੇ ਫੈਮਿਲੀ ਚ ਕੋਈ ਮਿਸ ਹੈਪ ਹੋ ਗਿਆ ਜਿਹੜੇ ਕਰਕੇ ਬੱਚਾ ਆਪਣੀ ਫੈਮਿਲੀ ਨਾਲ ਗੱਲਬਾਤ ਨਹੀਂ ਕਰ ਪਾਇਆ ਤਾਂ ਬੱਚਾ ਉੱਥੇ ਸੈੱਡ ਹੋ ਗਿਆ ਡਿਪਰੈਸ਼ਨ ਵੀ ਆਂਦਾ ਹੈ ਪਰ ਇਹਦੇ ਐਡੀਸ਼ਨ ਦੇ ਵਿੱਚ ਕਈ ਬੱਚੇ ਉੱਥੇ ਜਾ ਕੇ سپورਟ ਸਿਸਟਮ ਨੂੰ ਐਕਸੈਸ ਕਰ ਦੇਣੇ ਕਿਉਂਕਿ ਆਸਟ੍ਰੇਲੀਆ ਇੱਕ ਬਹੁਤ ਅੱਛੀ ਕੰਟਰੀ ਹੈ ਉੱਥੇ ਹਰ ਚੀਜ਼ ਵਿੱਚ سپورਟ ਹੈ ਜੇ ਬੱਚਾ سپورਟ ਮੰਗਣਾ ਚਾਹੁੰਦਾ ਹੈ ਪਾਵੇਂ ਕਾਉਂਸਲਿੰਗ ਹੈ ਪਾਵੇਂ ਮੈਡੀਕਲ ਫੈਸਿਲਿਟੀਆਂ ਨੇ ਉਹਨਾਂ سپورਟ ਮਿਲਦਾ ਹੈ ਪ੍ਰੋਫੈਸ਼ਨਲ ਉੱਥੇ ਹੈਗੇ ਨੇ ਸੋ ਬੱਚੇ ਪ੍ਰੋਬਲਮਸ ਵਿੱਚ ਜ਼ਰੂਰ ਕਰ ਦੇਣੇ ਪਰ ਨਾਲ ਦੇ ਨਾਲ ਹੀ ਉੱਥੇ ਸਪੋਰਟ ਪ੍ਰੋਵਾਈਡਰ ਬਹੁਤ ਬੈਠੇ ਨੇ ਇੱਕ ਸਾਨੂੰ ਨਾ ਅਕਸਰ ਸੁਣਨ ਨੂੰ ਮਿਲਦਾ ਹੈ ਕਿ ਹੁਣ ਵੀਜ਼ੇ ਬੰਦ ਕਰ ਦਿੱਤੇ ਗਏ ਆ ਆਸਟ੍ਰੇਲੀਆ ਦੇ ਵੱਲੋਂ ਵੀਜ਼ੇ ਬੰਦ ਕਰ ਦਿੱਤੇ ਗਏ ਹੁਣ ਹਜੇ ਵੀਜ਼ੇ ਨਹੀਂ ਲੱਗਣਗੇ ਉਸ ਸਮੇਂ ਬਹੁਤ ਸਾਰੇ ਬੱਚਿਆਂ ਨੇ ਸੋਚਿਆ ਹੁੰਦਾ ਹੈ ਕਿ ਨਹੀਂ ਹੁਣ ਅਸੀਂ ਅਪਲਾਈ ਕਰਨਾ ਆ ਤਾਂ ਫਿਰ ਥੋੜਾ ਮਾਯੂਸ ਜੇ ਹੋ ਜਾਂਦੇ ਨੇ ਕਿ ਨਹੀਂ ਹੁਣ ਵੀਜ਼ੇ ਬੰਦ ਹੋ ਗਿਆ ਉਹ ਪੂਰਾ ਕੀ ਹੈ ਦੇਖੋ ਤੁਹਾਡਾ ਕੁਐਸਚਨ ਬਹੁਤ ਵਾਜਿਬ ਹੈ ਕਿ ਬਹੁਤ ਕਾਮਨ ਕੁਐਸਚਨ ਸੁਣਨ ਚਾਹੁੰਦਾ ਹੈ ਕਿ ਕਿਹੜੀ ਕੰਟਰੀ ਨੇ ਵੀਜ਼ਾ ਬੰਦ ਕਰ ਦਿੱਤੇ ਬੱਚੇ ਕਹਿੰਦੇ ਨੇ ਕੈਨੇਡਾ ਦਾ ਵੀਜ਼ਾ ਬੰਦ ਹੋ ਗਿਆ ਬੱਚੇ ਕਹਿੰਦੇ ਨੇ ਆਸਟ੍ਰੇਲੀਆ ਦਾ ਵੀਜ਼ਾ ਬੰਦ ਹੋ ਗਿਆ ਯੂਕੇ ਦਾ ਵੀਜ਼ਾ ਬੰਦ ਹੋ ਗਿਆ ਇਹਦੇ ਲਈ ਤੁਹਾਨੂੰ ਸਮਝਣ ਦੀ ਲੋੜ ਹੈ ਕਿ ਸਭ ਤੋਂ ਪਹਿਲਾਂ ਹਰ ਇੱਕ ਕੰਟਰੀ ਦਾ ਇੱਕ ਕੋਟਾ ਹੁੰਦਾ ਹੈ ਕਿ ਉਹਨਾਂ ਨੇ ਸਾਲ ਦੇ ਅਨਲਿਮਿਟਿਡ ਵੀਜ਼ਾ ਨਹੀਂ ਦੇਣੇ ਹੁੰਦੇ ਐ ਨਹੀਂ ਹੈ ਕਿ ਜਿੰਨੇ ਵੀ ਅਪਲਾਈ ਕਰਤਾ ਹਰ ਬੰਦੇ ਨੂੰ ਉਹਨਾਂ ਵੀਜ਼ਾ ਮਿਲ ਗਿਆ ਹਰ ਕੰਟਰੀ ਦਾ ਇੱਕ ਕੈਪੈਸਿਟੀ ਹੈ ਭਾਵੇਂ ਉਹ ਮਾਈਗ੍ਰੇਸ਼ਨ ਹੈ ਭਾਵੇਂ ਸਟੂਡੈਂਟ ਵੀਜ਼ਾ ਹੈ ਹਰ ਇੱਕ ਕੰਟਰੀ ਦੇ ਵਿੱਚ ਉਹਨਾਂ ਦੀਆਂ ਪਬਲਿਕ ਫੈਸਿਲਿਟੀਆਂ ਕਿੰਨੀਆਂ ਯੂਜ਼ ਹੋਣੀਆਂ ਹੈ ਉੱਥੇ ਕਿੰਨੇ ਰਹਿਣ ਦੀ ਅਕੋਮੋਡੇਸ਼ਨ ਹੈ ਉੱਥੇ ਪਬਲਿਕ ਟਰਾਂ medical facilities ਕੀ ਨਹੀਂ ਆ ਨੇ ਉਹ ਸਾਰੀਆਂ ਚੀਜ਼ਾਂ ਨੂੰ ਕੈਲਕੂਲੇਟ ਕਰਦੇ ਹੋਏ ਉਹਨਾਂ ਨੇ ਡਿਸਾਈਡ ਕੀਤਾ ਹੁੰਦਾ ਹੈ ਕਿ ਇਹ ਸ਼ਹਿਰ ਜਾਂ ਇਹ ਦੇਸ਼ ਕਿੰਨੀ ਐਕਸਟਰਾ ਪੋਪੂਲੇਸ਼ਨ ਨੂੰ ਅਫੋਰਡ ਕਰ ਸਕਦਾ ਸੋ ਉਹਨਾਂ ਦੇ ਬੇਸਿਸ ਤੇ ਉਹਨਾਂ ਨੇ ਕੋਟਾ ਰੱਖੇ ਹੁੰਦੇ ਨੇ ਹੁਣ ਜਦੋਂ ਵੀ ਅਸੀਂ ਕਹਿੰਦੇ ਆ ਕਿ ਵੀਜ਼ੇ ਖੋਲਤੇ ਬੇਸਿਕਲੀ ਕੀ ਹੁੰਦਾ ਜਦੋਂ ਕੋਟਾ ਦੀ ਬਿਗਨਿੰਗ ਹੁੰਦੀ ਹੈ ਜਾਂ ਜਦੋਂ ਮਾਈਗ੍ਰੇਸ਼ਨ ਪ੍ਰੋਗਰਾਮ ਦੀ ਯਸਟਰਡੇ ਵੀਜ਼ਾ ਪ੍ਰੋਗਰਾਮ ਦੀ ਬਿਗਨਿੰਗ ਹੁੰਦੀ ਹੈ ਉਦੋਂ ਵੀਜ਼ਾ ਰਿਲੈਕਸ ਹੁੰਦੇ ਨੇ ਜਿਆਦਾ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਮਿਲ ਰਿਹਾ ਹੁੰਦਾ ਜਦੋਂ ਮਿਡ ਵਿੱਚ ਚੱਲਦਾ ਹੈ ਉਦੋਂ ਦੇਖਦੇ ਨੇ ਕਿ ਕਿਉਂਕਿ ਜਿਆਦਾ ਲੋਕ ਅਪਲਾਈ ਕਰ ਰਹੇ ਨੇ ਵਿੱਚ ਫਰਾਡ ਦੇ ਵੀ ਕੇਸਸ ਆ ਗਏ ਵਿੱਚ ਰੋਂਗ ਕੇਸਸ ਵੀ ਆ ਗਏ ਫਿਰ ਉੱਥੇ ਟਾਈਟ ਹੋਣਾ ਸ਼ੁਰੂ ਹੁੰਦਾ ਹੈ ਤੇ ਜਦੋਂ ਮਾਈਗ੍ਰੇਸ਼ਨ ਦਾ ਜਿਹੜਾ 1 ਸਾਲ ਦਾ ਕੋਟਾ ਪੂਰਾ ਹੋਣ ਵਾਲਾ ਹੁੰਦਾ ਹੈ ਉਦੋਂ ਟਾਈਟ ਪੂਰਾ ਚੱਲ ਰਿਹਾ ਹੁੰਦਾ ਹੈ ਕਈ ਵਾਰੀ ਇਹ ਵੀ ਬਹੁਤ ਜ਼ਿਆਦਾ ਚੀਜ਼ ਡਿਪੈਂਡ ਕਰਦੀ ਹੈ ਕਿ ਆਸਟ੍ਰੇਲੀਆ ਵਾਸਤੇ ਜਾਂ ਕੈਨੇਡਾ ਵਾਸਤੇ ਕਿਹੜੀ ਕੰਟਰੀ ਦੇ ਵਿੱਚੋਂ ਪ੍ਰੀਵੀਅਸ ਵੀਜ਼ਾ ਐਪਲੀਕੈਂਟਸ ਜਿਹੜੇ ਰਹੇ ਨੇ ਉਹਨਾਂ ਦੀ ਕੁਆਲਿਟੀ ਕੀ ਰਹੀ ਹੈ ਹੁਣ ਇੱਕ ਕੰਟਰੀ ਦੇ ਵਿੱਚੋਂ ਵੀਜ਼ਾ ਐਪਲੀਕੈਂਟਸ ਦੀ ਕੁਆਲਿਟੀ ਮਾੜੀ ਰਹੀ ਹੈ ਫੋਰ ਐਗਜ਼ਾਮਪਲ ਹਰੇਕ ਕਿਸੇ ਪ੍ਰੋਫਾਈਲ ਦਾ ਸੋਚੇ ਸਮਝੇ ਬਗੈਰ ਮਾਰਕਸ ਦੇਖੇ ਬਗੈਰ ਇੰਗਲਿਸ਼ ਦੇਖੇ ਬਗੈਰ ਉਹਦਾ ਵੀਜ਼ਾ ਲਗਾ ਦਿੱਤਾ ਕਿ ਉਹ ਤਰਫ ਫੀਜ਼ਲ ਜ਼ਿਆਦਾ ਆਂਦੀਆਂ ਨੇ ਸੋ ਕੇਸ ਆਫੀਸਰ ਜਿਹੜਾ ਹੈ ਆਫ ਕੌਰਸ ਉਹ ਦੇਖਦਾ ਹੈ ਕਿ ਇਸ ਕੰਟਰੀ ਦੇ ਵਿੱਚੋਂ ਵੀਜ਼ਾ ਗੁੱਡ ਲੱਗ ਵੀ ਰਹੇ ਨੇ ਕਿ ਨਹੀਂ ਉਹ ਉਹਨਾਂ ਚੀਜ਼ਾਂ ਦੇ ਬੇਸਿਸ ਦੇ ਉੱਤੇ ਜਾ ਕੇ ਸਕਰੂਟੀ ਵਧਾ ਦਿੰਦੇ ਨੇ ਸਕਰੂਟੀ ਮੀਨਸ ਜਾਂਚ ਹੋਰ ਵਧਾ ਦਿੰਦੇ ਨੇ ਉਹ ਚੀਜ਼ ਸਲੋ ਕਰਦੀ ਹੈ ਤੇ ਅਕਸਰ ਸਾਡੀ ਫੀਲਡ ਦੇ ਵਿੱਚ ਆ ਕੇ ਆ ਜਾਂਦਾ ਕਿ ਜਦੋਂ ਚੀਜ਼ ਸਲੋ ਹੈਗੀ ਹੈ ਤੇ ਉਹਦਾ ਮਤਲਬ ਹੈ ਕਿ ਉਹ ਬੰਦ ਹੈ ਪਰ ਗੁੱਡ ਫਾਈਲਸ ਹਰ ਟਾਈਮ ਲੱਗਦੀਆਂ ਨੇ ਗੁੱਡ ਸਟੂਡੈਂਟ ਹਰ ਟਾਈਮ ਆਉਂਦੇ ਨੇ ਗੁੱਡ ਯੂਨੀਵਰਸਿਟੀਜ਼ ਗੁੱਡ ਐਜੂਕੇਸ਼ਨ ਪ੍ਰੋਵਾਈਡਰ ਦੇ ਵਿੱਚ ਬੱਚੇ ਹਮੇਸ਼ਾ ਚਾਹੁੰਦੇ ਰਹਿੰਦੇ ਨੇ ਘਟ ਹੋ ਸਕਦੇ ਨੇ ਪਰ ਬੰਦ ਕਦੇ ਨਹੀਂ ਹੁੰਦਾ ਜੀ ਮੈਂ ਚਾਹੁੰਗੀ ਕਿ ਤੁਸੀਂ ਇੱਕ ਡਿਟੇਲ ਇਨਫੋਰਮੇਸ਼ਨ ਵੀ ਦੇ ਦਿਓ ਕਿ ਜੇਕਰ ਕਿਸੇ ਸਟੂਡੈਂਟ ਨੇ ਤੁਹਾਡੇ ਨਾਲ ਕੰਸਲਟ ਕਰਨਾ ਆ ਓਕੇ ਇਸ ਨੰਬਰ ਦੇ ਉੱਤੇ ਜਾਂ ਕਿਵੇਂ ਤੁਹਾਨੂੰ ਰਾਬਤਾ ਤੁਹਾਡੇ ਨਾਲ ਕੰਮ ਕਰ ਸਕਦਾ ਜੇ ਕਿਸੇ ਨੇ ਸਾਨੂੰ ਇੰਡੀਆ ਥ੍ਰੀ ਚ ਕਰਨਾ ਹੈ ਤੇ ਸਾਡਾ ਨੰਬਰ ਹੈਗਾ 8500 850000 ਤੇ ਜੇ ਕੋਈ ਬੱਚਾ ਆਸਟ੍ਰੇਲੀਆ ਚ ਹੈ ਕਿਸੇ ਬੱਚੇ ਇੱਥੇ ਹੈ ਉਹਦਾ ਕੋਈ ਰਿਲੇਟਿਵ ਆਸਟ੍ਰੇਲੀਆ 'ਚ ਹੈ ਉਹਨੇ ਸਾਨੂੰ ਰੀਚ ਕਰਨਾ ਹੈ ਤੇ ਸਾਡੇ ਦੋ ਫੋਨ ਨੰਬਰ ਨੇ 045 3000015 ਤੇ ਸੈਕੰਡ ਫੋਨ ਨੰਬਰ ਹੈ 0452 247365 ਸੋ ਇਹ ਦੋ ਫੋਨ ਨੰਬਰਸ ਉੱਤੇ ਤੁਸੀਂ ਵਟਸਐਪ ਕਾਲ ਕਰ ਸਕਦੇ ਹੋ ਜਾਂ ਤੁਸੀਂ ਪਹਿਲੇ ਮੈਸੇਜ ਪਾ ਦਿਓ ਬੈਟਰ ਹੈ ਕਿ ਤੁਸੀਂ ਆਪਣਾ ਥੋੜਾ ਪ੍ਰੋਫਾਈਲ ਇਸੇ ਐਕਸਪਲੇਨ ਕਰ ਦਿਓ ਤੇ ਵੇਟ ਕਰੋ ਕਿਉਂਕਿ ਆਸਟ੍ਰੇਲੀਆ ਤੇ ਇੰਡੀਆ ਦਾ ਥੋੜਾ ਟਾਈਮ ਡਿਫਰੈਂਸ ਹੈ ਬਹੁਤ ਵਾਰ ਬੱਚਾ ਕਹਿੰਦਾ ਕਿ ਮੈਂ ਹੁਣ ਇੱਥੇ ਸ਼ਾਮੀ 5 ਵਜੇ ਫ੍ਰੀ ਹੁਆ ਇੰਡੀਆ ਤੋਂ ਤੇ ਮੈਂ ਆਸਟ੍ਰੇਲੀਆ 'ਚ ਕਾਲ ਕਰ ਲੈਣਾ ਤੇ ਉੱਥੇ ਰਾਤ ਹੁੰਦੀ ਹੈ ਸੋ ਬੈਸਟ ਹੈ ਕਿ ਤੁਸੀਂ ਇੱਕ ਮੈਸੇਜ ਲੀਵ ਕਰ ਦਿਓ ਆਪਣੀ ਐਕਸਪਲੇਨ ਕਰ ਦਿਓ ਕੁਐਰੀ ਕਿ ਤੁਹਾਡਾ ਇੰਗਲਿਸ਼ ਦਾ ਕੀ ਸਕੋਰ ਹੈ ਤੁਹਾਡੇ ਪਾਸਟ ਦੇ ਕੀ ਮਾਰਕਸ ਰਹੇ ਨੇ ਕੀ ਸਟੱਡੀ ਹੈਗੀ ਹੈ ਤਾਂ ਕਿ ਉੱਥੋਂ ਕੋਈ ਨਾ ਕੋਈ ਤੁਹਾਨੂੰ ਵਾਪਸ ਰੀਚ ਕਰੇ ਸੇਮ ਚੀਜ਼ ਇੱਥੇ ਅਪਲਾਈ ਕਰ ਦਿਓ ਜਦੋਂ ਤੁਸੀਂ ਸਾਡੇ ਕਿਸੇ ਇੰਡੀਆ ਆਫਿਸ ਨੂੰ ਰੀਚ ਕਰਦੇ ਹੋ